ਲੋਜੀ ਅੱਜ ਅਸੀਂ ਪੰਜਾਬ ਦੇ ਇੱਕ ਬਹੁਤ ਹੀ ਮਾਡਰਨ ਪੋएट মনির ਨਿਆਜ਼ੀ ਤੇ ਗੱਲ ਕਰਾਂਗੇ। ਔਰ ਮਾਡਰਨੈਸ ਸੈਂਸਿਸ ਕਿ ਇੱਕ ਤੇ ਉਹਨਾਂ ਦੀ ਇੱਕ ਤੇ ਕਿ ਹੁਣੇ ਅਸੀਂ ਉਹਨੂੰ ਦੇਖਿਆ ਵੀ ਕੁਝ عرصਾ ਹੀ ਹੋਇਆ ਹੈ। ਦੈਟਸ ਨੋ। ਸੋ ਮੈ ਵੀ ਗਰੋਇੰਗ ਅਪ ਆਈ ਸੋ ਹਿਮ ਯੂ ਮੈਨ ਉਹਨੂੰ ਮਿਲਦਾ ਵੀ ਸੀ ਉਹਨਾਂ ਦੇ ਨਾਲ ਹੈਂਗ ਆਊਟ ਵੀ ਰਿਹਾ ਸਾਰਾ। ਉਸੇ ਕੋਣ ਦੀ ਜਿਹੜੀ ਜ਼ਬਾਨ ਹੈ ਉਹ ਵੀ ਬਹੁਤ ਸੁਣੀ ਹੈ ਔਰ ਬੜੀ ਮਾਡਰਨ ਹੈ ਜਿੰਨੇ ਕੱਸੀ ਪਹਿਲੇ ਪੋਇਟਸ سے ਗੱਲ ਕਰਦੇ ਰਹੇ ਹਾਂ ਉਸੇ ਵਾਲੇ ਨਾਲ ਔਰ ਉਹਨਾਂ ਦਾ ਜੋੜ ਦਾ ਮਤਲਬ ਅਸੀਂ ਪਾਸਤੇ ਵੀ ਗੱਲ ਕੀਤੀ ਹੈ ਹੋਰ ਵੀ ਲੇਕਿਨ ਉਹਨਾਂ ਦੇ ਜੋੜ ਦਾ ਇਸ ਮਾਡਰ ਉਹਦੇ ਵਿੱਚ ਕੋਈ ਸਾਨੂੰ ਇਸ ਟਾਈਮ ਨਜ਼ਰ ਨਹੀਂ ਆ ਰਿਹਾ ਤੁਸੀਂ ਦੱਸ ਰਹੇ ਸੋ ਦੱਸ ਸਕਦੇ ਹੋ ਕਿ ਜੀ ਦੋ ਤਿੰਨ ਹੋਰ ਹੈ ਸਨ ਜਦੋਂ ਉਹਨਾਂ ਨੇ ਸ਼ੁਰੂ ਕੀਤੀ ਹੈ ਲੇਕਿਨ ਇਸ ਟਾਈਮ ਪੰਜਾਬੀ ਦਾ ਇਤਨਾ ਵੱਡਾ ਕੋਈ ਸ਼ਾਇਰ ਅ ਕਮਸ ਕਮ ਸਾਨੂੰ ਨਜ਼ਰ ਨਹੀਂ ਆ ਰਿਹਾ ਸੋ ਉਹਨਾਂ ਦੇ ਜਿਹੜੀ ਤੁਸੀਂ ਸਿਲੈਕਸ਼ਨ ਕੀਤੀ ਉਹਦੇ ਚ ਪੜਾਂਗੇ ਲੇਕਿਨ ਪਹਿਲੇ ਇਹਦੇ ਤੇ ਗੱਲ ਕਰ ਲਈਏ ਕਿ ਇਹ মনির ਨਿਆਜ਼ੀ ਕਿਉਂ ਇਤਨਾ ਇੰਪੋਰਟੈਂਟ ਹੈ ਮੇਰਾ ਖਿਆਲ ਹੈ ਕਿ ਜਿਹੜੀ ਤੁਸੀਂ ਪਹਿਲੇ ਤੇ ਮੈਂ ਇਹ ਕਵਾਂਗਾ ਕਿ ਮੈਂ ਇੰਜ ਨਹੀਂ ਕਵਾਂਗਾ ਕਿ মনির ਨਿਆਜ਼ੀ ਜਿਹੜਾ ਉਹ ਪੰਜਾਬੀ ਦਾ ਸਭ ਤੋਂ ਵੱਡਾ ਸ਼ਾਇਰ ਹੈ ਮੈਂ ਇੰਜ ਨਹੀਂ ਕਵਾਂਗਾ ਠੀਕ ਹੈ ਮਤਲਬ ਇਹਨਾਂ ਖਿਆਲ ਹੈ ਕਿ ਦੂਜੇ ਨਾਲ ਮੁਕਾਬਲਾ ਨਹੀਂ ਕਰਨਾ ਚਾਹੀਦਾ ਬਿਲਕੁਲ ਠੀਕ ਹੈ ਹਾਂ ਠੀਕ ਹੈ ਲੇਕਿਨ ਚਾਰ ਪੰਜ ਵੱਡੇ ਸ਼ਾਇਰ ਨੇ ਉਹਨਾਂ ਵਿੱਚ ਇੱਕ ਮੁਨੀਰ ਨਿਆਜ਼ੀ ਵੀ ਹੈ ਠੀਕ ਹੈ ਲੇਕਿਨ ਮਾਡਰਨ ਜਿਹੜੀ ਪੰਜਾਬ ਦੀ ਜਿਹੜੀ ਪੋਇਟਰੀ ਥੋਟ ਹੈ ਜਾਂ ਜੋ ਹੈ ਨਾ ਉਹ ਉਹਦੇ ਚ ਮੁਨੀਰ ਅੱਗੇ ਉਹਦੇ ਚ ਵੀ ਉਹਦੇ ਚ ਵੀ ਇਹ ਇਹ ਅਰਜ਼ ਕਰਾਂਗਾ ਕਿ ਮੁਨੀਰ ਨਿਆਜ਼ੀ ਦੀ ਜਿਹੜੀ ਇੱਕ ਜ਼ਬਾਨ ਹੈ ਉਹ ਜ਼ਬਾਨ ਜਿਹੜੀ ਹੈ ਉਹ ਕਾਫੀ ਜਿਹੜੀ ਉਰਦੂ ਆਇਜ਼ਡ ਹੈ ਸੋਖੀ ਵੀ ਹਾਂ ਠੀਕ ਹੈ ਅਰਬਾਈਟ ਹਾਂ ਠੀਕ ਹੈ ਉਰਦੂ ਆਇਸ ਅਰਬਨ ਤੇ ਸਾਰੇ ਹੀ ਨੇ ਅਰਬਨ ਤੇ ਬਾਕੀ ਸਾਰੇ ਸ਼ਾਇਰ ਅਰਬਨ ਨਹੀਂ ਨੇ ਅਰਬਨ ਤੇ ਸ਼ਾਹ ਹੁਸੈਨ ਵੀ ਸੀ ਅਰਬਨ ਤੇ ਸ਼ਾਹ ਹੁਸੈਨ ਵੀ ਸੀ ਹਾਂ ਤੇ ਉਹ ਉਹ ਵੀ ਉਹਦੇ ਚ ਹੈ ਵਾ ਲੇਕਿਨ ਜਿਹੜੀ ਮੁਨੀਰ ਨਿਆਜ਼ੀ ਦੀ ਜਿਹੜੀ ਜਿਸ ਗੱਲ ਦੀ ਖੂਬੀ ਹੈ ਜਿਹੜੀ 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 ਉਹਦੀ ਖਾਸ ਗੱਲ ਹੈ ਜਿਹੜੀ ਦੂਜੇ ਸ਼ਾਇਰਾਂ ਚ ਆਸਾਨੂ ਨਹੀਂ ਨਜ਼ਰ ਆਉਂਦੀ ਉਹ ਇਹ ਹੈਗੀ ਹੈ ਕਿ ਜਿਹੜੀ ਪੁਰਾਣੀ ਸਮਾਜ ਦੀ ਜਿਹੜੀ ਇੱਕ ਨਜ਼ਰੀਆ ਸੀ ਜਿਹੜਾ ਉਹਦਾ عقیدਿਆਂ ਦਾ ਨਿਜ਼ਾਮ ਸੀ ਉਹਦੇ ਉੱਤੇ ਜਿਹੜੀ 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 ਗੱਲ ਕਰਦੇ ਆ ਗੱਲ ਕਰਦਾ ਹੈ ਜਾਂ ਉਹਦੇ ਉੱਤੇ ਜਿਹੜੀ ਰਿਐਕਟ ਕਰਦਾ ਹੈ ਉਸ ਰੂਪ ਨਜ਼ਰੀਆ ਬਾਕੀਆਂ ਨੂੰ ਛੱਡ ਤਾ ਬਾਕੀ ਨਹੀਂ ਗੱਲ ਕਰ ਬਾਕੀ ਜਿਹੜੇ ਨੇ ਉਹ ਉਹ ਯਾਤੇ ਉਹ ਉਹਨਾਂ ਦੀ ਰਿਵਾਇਤ ਦੂਜੀ ਹੈ ਕਲਾਸਿਕਲ ਰਿਵਾਇਤ ਹੈ ਜਾਂ ਉਹ ਆਉਣ ਵਾਲੇ ਜ਼ਮਾਨੇ ਦੀ ਗੱਲ ਕਰ ਰਹੇ ਨੇ ਜਾਂ ਕਿਸ ਤਰ੍ਹਾਂ ਕਰ ਰਹੇ ਨੇ ਲੇਕਿਨ ਉਹ ਜਿਹੜੀ ਇੱਕ ਅਨਸੈਡ ਆਈਡੀਆਲੋਜੀ ਸੀ ਲੋਕਾਂ ਦੀ ਉਹਦੇ ਉਹ ਜ਼ਿਆਦਾ ਨਜ਼ਰ ਨਹੀਂ ਆਉਂਦੀ ਉਹਨਾਂ ਵਿੱਚ ਮੈਂ ਇੰਜ ਨੂੰ ਕਹਾਂਗਾ ਠੀਕ ਹੈ ਹੁਣ ਸਵਾਲ ਇਹ ਹੈ ਕਿ ਉਹ ਹੈ ਕੀ ਸੀ ਹਾਂ ਬਿਲਕੁਲ ਦੇਖੋ ਨਾ ਉਹ ਆਈਡੀਆਲੋਜੀ ਕੀ ਸੀ ਜਿਹਦੀ ਅਸੀਂ ਗੱਲ ਕਰ ਰਹੇ ਮੈਂ ਵਸੇ ਆਪਣੀ ਜਿਹੜੀ ਆਟੋਬਾਇਓਗ੍ਰਾਫੀ ਲਿਖੀ ਹੈ ਨਹੀਂ ਮੇਰੀ ਜਿੰਦੜੀ ਹੈ ਤਾਂ ਦੇ ਸੰਤਰਾ ਟਾਣਾ ਉਹਦੇ ਵਿੱਚ ਮੈਂ ਇਹਨੂੰ ਬਹੁਤ ਹੀ ਡਿਟੇਲ ਨਾਲ ਲਿਖਿਆ ਹੈ। ਠੀਕ ਹੈ। ਕਈ ਸਫਿਆਂ ਦੇ ਵਿੱਚ ਲਿਖਿਆ ਹੈ ਇਸ ਗੱਲ ਨੂੰ। ਉਹ ਇਹ ਹੈ ਕਿ ਜਿਹੜੇ ਮਜ਼ਬਬ ਨੇ ਜਿਹੜੇ ਲੋਕਾਂ ਦੇ ਬਰੇ ਸਕੀਰ ਵਿੱਚ ਵੀ ਪੰਜਾਬ ਵਿੱਚ ਵੀ ਔਰ ਬਲਕਿ ਮੈਂ ਕਵਾਂਗਾ ਸਾਰੀ ਦੁਨੀਆ ਦੇ ਦੇ ਐਗਰੀ ਰੀਡਿਅਨ ਸੋਸਾਇਟੀਆਂ ਦੇ ਵਿੱਚ ਜਿਹੜੇ ਲੋਕਾਂ ਦੀ ਜਿਹੜੀ ਜਿਹੜੇ ਮਜ਼ਬਬ ਸਨ ਉਹ ਕੋਈ ਵੀ ਮਜ਼ਬੂ ਹੋਵੇ ਉਹ ਤੂੰ ਆ ਮਸਲਮਾਨ ਹੋਣ ਜਾਂ ਸਿੱਖ ਹੋਣ ਜਾਂ Hindu ਹੋਣ ਉਹ ਉਹਨਾਂ ਦੀ ਰਸਮੀ ਅ ਰਸਮੀ ਜਿਹੜੀ ਹੈ ਨਾ ਰੀਤ ਰਸਮੀ ਸਾਰ ਸਿਓ ਲੇਕਿਨ ਜਿਹੜੀ ਉਹਨਾਂ ਦੀ ਜਿਹੜੀ ਉਹਨਾਂ ਦੇ ਅੰਦਰ ਦੀ ਜਿਹੜੀ ਅਸਲੀ ਜਿਹੜੀ ਜਿਹੜਾ ਇਤਕਾਦ ਦਾ ਸਿਸਟਮ ਸੀ ਬਲੀਫਸ ਦਾ ਸਿਸਟਮ ਸੀ ਉਹ ਹੈ ਸੀ ਜਿੰਨਾ ਪਰियां ਦੇਵਿਆਂ ਦੇਵਤਾਵਾਂ ਤੇ ਸੀ ਵਜਾਉਦੀ ਸੀ ਕਿ ਉਹਨਾਂ ਦਾ ਜਿਹੜੀ ਸਾਰਾ ਇਹ ਨਸਾਰ ਸੀ ਯਾਨੀ ਵਾਈਬ ਜੀਦਾ ਉਹ ਉਹ ਕੁਦਰਤ ਉੱਤੇ ਹੈ ਠੀਕੇ ਅਗਰ ਮੀ ਜਿਹੜਾ ਉਹ ਭੈੜੇ ਵੇਲੇ ਪੈ ਗਿਆ ਤੇ ਫਸਲ ਨੇ ਮਾਰੀ ਗਈ ਜੇ ਚੰਗੇ ਵੇਲੇ ਪੈ ਗਿਆ ਤੇ ਫਸਲ ਜਿਹੜੀ ਹੈ ਉਹ ਚੰਗੀ ਹੋ ਗਈ ਠੀਕ ਹੈ ਨੇਚਰ ਤੇ ਹੈ ਲੇਕਿਨ ਜੋ ਰਿਕਗਨਾਈਜ਼ ਕਰ ਰਹੇ ਉਹ ਅਨਨੇਚਰਲ ਫੋਰਸਿਸ ਨੇ ਨਾ ਹਾਂ ਲੇਕਿਨ ਉਥੇ ਤੇ ਅਨਨੇਚਰਲ ਫੋਰਸਿਸ ਨਹੀਂ ਹੈ ਉਹਨਾਂ ਦੇ ਵਾਸਤੇ ਉਹ ਨੇਚਰਲ ਨੇ ਕਿ ਜਿਹੜੀਆਂ ਇਹ ਅਨਡਿਟੀਆਂ ਹਸਤੀਆਂ ਨੇ ਇਹਨਾਂ ਡਿਟੀਆਂ ਹਸਤੀਆਂ ਜਿਹੜੀਆਂ ਨੇ ਇਹਨਾਂ ਦਾ ਜ਼ਿੰਮੇ ਉਹ ਲਾ ਸਕਦੇ ਨੇ ਕਿ ਜੋ ਕੁਝ ਹੋ ਰਿਹਾ ਹੈ ਉਹਨਾਂ ਦੇ ਨਾਲ ਉਹ ਬਿਮਾਰ ਹੁੰਦੇ ਨੇ ਉਹਨਾਂ ਨੂੰ ਕੋ ਰੋਗ ਲੱਗ ਜਾਂਦਾ ਹੈ ਕੋਈ ਬਦਲ ਹੁੰਦਾ ਹੈ ਕੋਈ ਬਾਰਿਸ਼ ਹੁੰਦੀ ਹੈ ਕੋਈ ਹਨੇਰੀ ਆਉਂਦੀ ਹੈ ਤੇ ਉਹ ਕਿਸੇ ਨਾ ਕਿਸੇ ਜਿੰਨ پری ਆਪਣਾ ਦੇਵੇ ਦੇਵਤਾ ਦੀ ਦਿਵਜਤ ਆਉਂਦੀ ਹੈ ਉਹ ਨਾਰਾਜ਼ ਹੁੰਦਾ ਹੈ ਤੇ ਕੁਝ ਹੁੰਦਾ ਹੈ ਜਾਂ ਉਹ ਰਾਜ਼ੀ ਹੁੰਦਾ ਤਾਂ ਕੁਝ ਹੁੰਦਾ ਠੀਕ ਹੈ ਇਸ ਵਾਸਤੇ ਉਹਨਾਂ ਦਾ ਉਹਨਾਂ ਦਾ ਜਿਹੜਾ ਦੂਸਰਾ ਪੱਖ ਸੀਗਾ ਇਸੇ ਗੱਲ ਦਾ ਉਹ ਇਹ ਸੀ ਕਿ ਇਹ ਜਿਹੜੀਆਂ ਸਾਰੀਆਂ ਅੰਡਠੀਆਂ ਹਸਤੀਆਂ ਨੇ ਇਹਨਾਂ ਨੂੰ ਕੰਟਰੋਲ ਵੀ ਕੀਤਾ ਜਾ ਸਕਦਾ ਜਾਦਗੂਨਰ ਠੀਕ ਹੈ ਜਾਦੂ ਟੂਨੇ ਨਾਲ ਯਾ ਜਿਹੜੇ ਖੁਦਾ ਦੇ ਯਾ ਭਗਵਾਨ ਦੇ ਬਹੁਤ ਪਹੁੰਚੇ ਹੋਏ ਬੰਦੇ ਨੇ ਉਹ ਜਿਹੜੇ ਨੇ ਉਹ ਹਨੇਰੀਆਂ ਰੋਕ ਸਕਦੇ ਨੇ ਉਹ ਬਾਰਿਸ਼ ਕਰਵਾ ਸਕਦੇ ਨੇ ਉਹ ਬੱਦਲ ਲਿਆ ਸਕਦੇ ਨੇ ਉਹ ਜ਼ਲਜ਼ਲਿਆਂ ਨੂੰ ਰੋਕ ਸਕਦੇ ਨੇ ਇਹ ਵੀ ਉਹਨਾਂ ਦੇ ਨਾਲ ਯਕੀਨ ਸੀਗਾ ਸੋ ਇਹ ਜਿਹੜੀ ਇਹ ਜਿਹੜੀ ਆਡਿਆਲੋਜੀ ਸੀਗੀ ਉਹਨਾਂ ਦੀ ਇਹ ਆਡਿਆਲੋਜੀ ਸਾਰਿਆਂ ਦੀ ਬੇਸਿਕ ਸੀ ਕਿ ਨੂਰਾਂ ਦੀ ਮੁਸਲਮਾਨਾਂ ਦੀ ਸਿੱਖਾਂ ਦੀ ਗੁੱਧਾਂ ਦੀ ਸਾਰਿਆਂ ਦੀ ਇਹ ਸੀ ਅਗਰੀਗਰੀਨ ਸੁਸਾਇਟੀ ਦੇ ਵਿੱਚ ਅਗਰੀਗਰੀਨ ਸੁਸਾਇਟੀ ਦੇ ਵਿੱਚ ਜਿਹਦੇ ਚ ਇਕਨੋਮ ਇਕਨੋਮੀ ਜਿਹੜੀ ਹੈ ਨਾ ਤੁਹਾਡੀ ਉਹ ਜ਼ਮੀਨ ਦੇ ਨਾਲ ਜੁੜੀ ਹੋਈ ਹੈ ਜ਼ਮੀਨ ਦੇ ਨਾਲ ਜੁੜੀ ਹੋਈ ਹੈ ਐਸਲੀ ਉਸ ਵਾਰਾ ਕੋਈ ਨਹੀਂ ਐਸਲੀ ਹੋ ਜਾਂਦਾ ਜਿੱਥੇ ਇਕਨੋਮੀ ਤੁਹਾਡੀ ਇੰਡਸਟਰੀਅਲ ਜਾਂ ਫੈਕਟਰੀ ਨਾਲ ਜੁੜ ਗਈ ਉੱਥੇ ਫਿਰ ਖਤਮ ਹੋ ਜਾਂਦਾ ਖਤਮ ਹੋ ਕਿਉਂਕਿ ਹੁਣ ਜਦੋਂ ਮਸ਼ੀਨ ਆ ਗਈ ਹੈ ਬਿਜਲੀ ਆ ਗਈ ਹੈ ਇੰਟਰਨੈਟ ਆ ਗਿਆ ਹੈ ਤੇ ਇਹ ਆਡੀਆਲੋਜੀ ਖਤਮ ਹੋ ਗਈ ਹੈ ਇਹਦੇ ਤੇ ਗੱਲ ਕੀਤੀ ਹੈ ਬਨੀਨੀਆਂ ਜੀ मुनीर ਉਸੇ ਗੱਲ ਕੀਤੀ ਹੈ ਉਸ ਜਿਹੜੀ ਪੁਰਾਣੀ ਆਡਾਇਲੋਜੀ ਹੈ ਕਿਉਂਕਿ मुनीर ਨਿਆਜ਼ੀ ਜਿਹੜਾ ਬੁਨਿਆਦੀ ਤੌਰ ਤੇ ਲਿਖ ਰਿਹਾ ਸੀ ਉਸ ਵੇਲੇ ਲਿਖ ਰਿਹਾ ਸੀ ਜਦੋਂ ਕਿ ਉਹ ਜਿਹੜੀ ਪੁਰਾਣੀ ਆਡਾਇਲੋਜੀ ਹੈ ਟਰਾਂਸਫਾਰਮ ਹੋ ਰਹੀ ਹੈ ਨਾ ਨਹੀਂ ਟਰਾਂਸਫਾਰਮ ਨਹੀਂ ਸੀ ਅਜੇ ਹੋ ਰਹੀ ਅੱਛਾ ਅਜੇ ਉਹ ਕਾਇਮ ਸੀ ਅੱਛਾ ਲੇਕਿਨ ਇਹ ਕਿ ਸ਼ੁਰੂ ਹੋ ਗਿਆ ਹੈ ਨਾ ਪ੍ਰੋਸੈਸ ਇਹ ਜਿਹੜੀ ਸ਼ਾਇਰੀ ਜਿਹੜੀ ਉਹਨਾਂ ਨੇ ਲਿਖੀ ਹੈ ਨਾ ਸਾਰੀ ਇਹ ਸ਼ਾਇਰੀ ਸਾਰੀ ਉਸ ਜ਼ਮਾਨੇ ਦੀ ਹੈ ਜਿਸ ਨੂੰ ਅਜੇ ਟਰਾਂਸਫਰਮੇਸ਼ਨ ਸ਼ੁਰੂ ਨਹੀਂ ਹੋਈ ਓਕੇ ਟਰਾਂਸਫਰਮੇਸ਼ਨ ਬਾਅਦ ਸ਼ੁਰੂ ਹੋਈ ਹੈ ਔਰ ਉਹ ਹਾਲਾ ਮੁਨੀਰ ਨਾਜ਼ੀ ਦੀ ਜ਼ਿੰਦਗੀ ਚ ਸ਼ੁਰੂ ਹੋ ਗਈ ਸੀ ਲੇਕਿਨ ਮੁਨੀਰ ਨਿਆਜ਼ੀ ਨੇ ਜਿਹੜੀ ਦੁਨੀਆ ਦੇਖੀ ਸੀ ਜਾਂ ਜਿਹੜੀ ਉਹਦੇ ਤਸੱਵਰ ਵਿੱਚ ਸੀ ਇਮੇਜਿਨੇਸ਼ਨ ਵਿੱਚ ਸੀ ਉਹ ਪੁਰਾਣੀ ਸੀ ਤੇ ਉਹਨੇ ਉਹਦੀ ਪਰਸੈਪਸ਼ਨ ਦੇ ਉੱਤੇ ਜਿਹੜਾ ਹੈ ਉਹ ਸ਼ਾਇਰੀ ਕੀਤੀ ਜਿਹਦੇ ਜੋ ਗ੍ਰੋ ਅਪ ਹੋਇਆ ਨਾ ਜਿਸ ਚ ਗ੍ਰੋ ਅਪ ਫਿਰ ਉਸ ਨੂੰ ਹੀ ਅੱਗੇ ਲੈ ਕੇ ਚੱਲਿਆ ਉਸ ਨੂੰ ਹੀ ਅੱਗੇ ਲੈ ਕੇ ਚੱਲਿਆ ਲੇਕਿਨ ਫਿਰ ਆਈਡੀਓਲੋਜੀਕਲੀ ਜਾਂ ਥੋਟ ਪ੍ਰੋਸੈਸ ਦੇ ਤੌਰ ਤੇ ਕਿਹਾ ਉਹ ਮੰਨ ਪਾਇਆ ਕਿ ਹੁਣ ਉਹ ਖਤਮ ਹੋ ਗਈ ਹੈ ਈਵਨ ਦੇ ਕਿ ਹੀ ਵਾਸ ਰਾਈਟਿੰਗ ਅਬਾਊਟ ਇਟ ਨਹੀਂ ਨਹੀਂ ਇਹ ਨਹੀਂ ਅਗਰ ਤੁਸੀਂ ਅਗਰ ਤੁਸੀਂ ਉਹਨਾਂ ਦੀ ਨਜ਼ਮਾਂ ਦੇਖੋਗੇ ਨਾ ਤੇ ਉਹ ਇੱਕ ਖੌਫ ਉਸ ਉਹ ਸਾਰੀ ਪੂਰੀ ਆਈਡੀਓਲੋਜੀ ਦਾ ਇੱਕ ਖੌਫ ਉਹਦਾ ਇੱਕ ਡਰ ਔਰ ਉਹਦੀ ਉਹਦੀ ਜਿਹੜੀ ਉਹਨੇ ਜਿਵੇਂ ਲੋਕਾਂ ਨੂੰ ਬੰਨਿਆ ਆਪਣੇ ਅੰਦਰ ਉਹਦਾ ਦਰਦ ਹੈ ਜਿਹੜਾ ਮੁਨੀਰ ਨਿਆਜ਼ੀ ਚਾਹੇ ਅਹ ਚਲੋ ਅੱਗੇ ਗੱਲ ਕਰਨੇ ਹੈ ਤੇ ਸ਼ੁਰੂ ਕਰਨੇ ਹੈ ਪਹਿਲੇ ਇੱਕ ਬੰਦ ਹੀ ਗਿਆ ਇੱਕ ਦੁਪਹਿਰ ਚਿੜੀਆਂ ਦੇ ਚੁਰਮਟ ਵਿੱਚ ਚਿੜੇਲਾਂ ਦੇ ਚੁਰਮਟ ਉਹ ਚਿੜੇਲਾਂ ਦੇ ਚੁਰਮਟ ਵਿੱਚ ਅਜਬ ਤਰ੍ਹਾਂ ਦੇ ਬੁੱਲਾ ਉਤੇ ਅਜਬ ਤਰ੍ਹਾਂ ਦੇ ਹਾਸੇ ਸਨ ਅਕਸੀ ਉਹਨਾਂ ਦੀ ਖਾਜਾਵਣ ਵਾਲੀ ਜਿਸਮ ਲਹੂ ਦੇ ਪਿਆਸੇ ਸਨ ਹਾਂਜੀ ਇਹ ਹੁਣ ਤੁਸੀਂ ਦੇਖੋ ਕਿ ਇਹ ਇਹ ਤੁਸੀਂ ਜਿਹੜਾ ਇਹਨੂੰ ਇਹਦੇ ਜਿਹੜੀ ਚਿੜੇਲਾਂ ਨੇ ਅਗਰ ਉਹ ਬੇਸ਼ਕ ਉਹ ਗੱਲ ਅੱਜ ਦੀ ਵੀ ਕਰ ਰਿਹਾ ਹੈ ਮਤਲਬ ਬੰਦਿਆਂ ਦੀ ਕਰ ਰਿਹਾ ਹੈ ਲੇਕਿਨ ਉਹਦੀ ਜਿਹੜੀ ਮਸਾਰ ਉਹ ਲਿਆ ਰਿਹਾ ਚਿੜੇਲਾਂ ਤੋਂ ਲਿਆ ਰਿਹਾ ਸਿੰਬਲਿਜ਼ਮ ਹੋਈ ਹੋ ਚੁੱਕੀ ਹੈ ਸਿੰਬਲਿਜ਼ਮ ਉੱਥੇ ਹੀ ਲਿਆ ਰਿਹਾ ਠੀਕ ਹੈ ਹੁਣ ਠੀਕ ਹੈ ਸਮਝ ਆ ਰਹੀ ਹੈ ਹੁਣ ਸਮਝ ਆ ਰਹੀ ਹੈ ਨਾ ਤੁਹਾਨੂੰ ਠੀਕ ਹੈ ਕਿ ਉਹ ਉਸ ਦੁਨੀਆ ਦੇ ਵਿੱਚੋਂ ਸਿੰਬਲ ਕੱਟ ਸਿੰਬਲ ਕੱਟ ਕੇ ਕਿ ਹਲੇ ਵੀ ਤੁਸੀਂ ਭਾਵੇਂ ਉਹ ਥੋਟ ਖਤਮ ਹੋ ਗਿਆ ਲੇਕਿਨ ਇਸ ਤੋਂ ਬਾਵਜੂਦ ਤੁਸੀਂ ਹਲੇ ਕਿਸੇ ਨਾ ਕਿਸੇ ਨਾਲ ਬੱਜੇ ਹੋ ਹਲੇ ਹਾਂ ਮਤਲਬ ਉਹਨੂੰ ਦੇਖ ਅੱਜ ਨੂੰ ਦੇਖਣ ਲਈ ਤੁਸੀਂ ਉਹ ਉਹਨੂੰ ਉਹਨੂੰ ਵੇਖੋ ਪਹਿਲਾਂ ਹੂੰ ਜੀ ਜੰਗਲ ਦੇ ਜਾਦੂ ਹਾਂਜੀ ਸਾਹਮਣੇ ਜ਼ਖੀਰੇ ਵਿੱਚ ਸੱਪ ਪੇ ਸ਼ੂਕ ਦੇ ਸੱਪ ਪੇ ਸੱਪ ਪੇ ਸ਼ੂਕ ਦੇ ਪਪੀਹੇ ਪੇ ਕੂਕ ਦੇ ਹਰੇ ਹਰੇ ਰੁੱਖਾਂ ਓਲੇ ਨੰਗੀਆਂ ਚੁੜੇਲਾਂ ਦੀਆਂ ਅੱਖਾਂ ਦੇ ਖੁਮਾਰ ਨੇ ਇੱਕ ਇੱਕ ਚੀਜ਼ ਦੀਆਂ ਸ਼ਕਲਾਂ ਹਜ਼ਾਰ ਨੇ ਹਿਰਨਾ ਦੀ ਡਾਰ ਵੀ ਤੇ ਸੂਰਾਂ ਦੀ ਕਤਾਰ ਵੀ ਮੌਤ ਦੇ ਤਲਾਵਾਂ ਉੱਤੇ ਫਿਰਦੇ ਸ਼ਿਕਾਰ ਵੀ ਚਾਂਦੀ ਜਿਹਾ ਹੱਡੀਆਂ ਤੇ ਹੀਰਿਆਂ ਦੇ ਹਾਰ ਵੀ ਹਰੇ-ਹਰੇ ਰੁੱਖਾਂ ਓਲੇ ਦਿਲਾਂ ਨੂੰ ਡਰਾਣਗੇ ਜ਼ਰਾ ਜੇ ਖੜਾਕ ਨਾਲ ਲੁਕ ਛੁਪ ਜਾਣਗੇ ਕਦੇ-ਕਦੇ ਜਾਦੂ ਦੇ ਤਮਾਸ਼ੇ ਵੀ ਵਖਾਣਗੇ ਹਾਂਜੀ ਇਹਦੇ ਚੂਣ ਵੇਖੋ ਤੁਸੀਂ ਅਗਰ ਤੁਸੀਂ ਕਦੀ ਪਿੰਡ ਚ ਗਰੋ ਹੋਏ ਹੋਏ ਹੋ ਔਰ ਉਹ ਜਿਸ ਜਿਸ ਆਈਡੀਆਲੋਜੀ ਦੀ ਮੈਂ ਗੱਲ ਕਰ ਰਿਹਾ ਜਿਹੜੀ ਕਿ ਅਗਰੇਡੀਨ ਸੁਸਾਇਟੀ ਦੇ ਵਿੱਚ 2000 ਸਾਲ ਤੱਕ ਰਹੀ ਹੈ ਔਰ ਉਹਦੀਆਂ ਜਿਹੜੀਆਂ ਉਹਦੇ ਜਿਹੜੇ ਆਲਾਮਤਾਂ ਉਹਦੀ ਜਿਹੜੀ ਉਹਦੀਆਂ ਜਿਹੜੀਆਂ ਰਮਜ਼ਾਂ ਸਨ ਇਹ ਉਹਨਾਂ ਦੇ ਵਿੱਚੋਂ ਕੱਢ-ਕੱਢ ਕੇ ਲੈ ਆ ਰਿਹਾ ਔਰ ਉਹ ਜਿਵੇਂ ਆ ਨਾ ਲੁਕ چھਪ ਜਾਣਗੇ ਕਦੀ-ਕਦੀ ਜਾਦੂ ਦੇ ਤਮਾਸ਼ੇ ਵੀ ਵਿਖਾਣਗੇ ਇਹ ਉਹ ਸਾਰਾ ਕੁਝ ਜਿਹੜਾ ਕਿ ਪਤਾ ਨਹੀਂ ਕਿਹੜੇ ਵੇਲੇ ਛੇੜਾ ਚੜੇਲ ਹਾਂ ਜਿਹੜੀ ਆ ਉਹ ਤੁਹਾਡੇ ਸਾਹਮਣੇ ਆ ਜਾਏ ਹਾਂ ਔਰ ਪਤਾ ਨਹੀਂ ਉਹ ਕੀ ਕਰ ਜਾਵੇ ਤੁਹਾਡੇ ਨਾਲ ਇਹ ਜਿਹੜੇ ਨਾ ਹਿਰਨਾ ਦੀ ਡਾਰ ਵੀ ਤੇ ਸੂਰਾਂ ਦੀ ਕਤਾਰ ਵੀ ਹਾਂ ਜੀ ਨਾ ਸੋ ਪੂਰਾ ਟੋਟਲੀ ਆਪੋਜ਼ਿਟ ਜਿਹੜੇ ਦੋ ਹੈ ਨੇ ਉਹਨਾਂ ਨੂੰ ਇੱਕ ਤੇ ਉਹਨਾਂ ਨੇ ਗੱਲ ਕੀਤੀ ਹੈ ਜੀ ਫਿਰ ਉਹਦੇ ਸ਼ਿਕਾਰ ਵੀ ਚਾਂਦੀ ਜਈਆਂ ਜਈਆਂ ਹੱਡੀਆਂ ਹਾਂ ਤੇ ਹੀਰਿਆਂ ਦੇ ਹਾਰ ਵੀ ਹਾਂ ਇਹ 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 ਤੁਹਾਨੂੰ ਜੇਨ ਖੋਲੋ ਨਾ ਇਹ 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 ਹੈ ਕਿ ਜਾਂਦੀ ਜਈਆਂ ਆ ਸੌਰੀ ਜਾਂਦੀ ਜਈਆਂ ਹੱਡੀਆਂ ਲੱਗੇ ਕੀ ਹੈ ਤੇ ਹੀਰਿਆਂ ਦੇ ਹਾਰ ਵੀ ਤੇ ਹੀਰਿਆਂ ਦੇ ਹਾਰ ਵੀ ਮਤਲਬ ਜਿਹੜੀ ਜਿਹੜੀ ਮਿਟ ਗਈ ਹੈ ਖਤਮ ਹੋ ਗਈ ਹੈ ਔਰ ਜਿਹੜੇ ਹੀਰੇ ਤੁਹਾਨੂੰ ਨਜ਼ਰ ਆ ਰਹੇ ਨੇ ਉਹ ਅਸਲ ਦੇ ਵਿੱਚ ਕੀ ਹੈ ਠੀਕ ਹੈ ਉਹ ਹੀ ਹੈ ਕਿ ਤੁਸੀਂ ਤੁਸੀਂ ਪਿੱਛੇ ਜਾ ਰਹੇ ਹੋ ਔਰ ਤੁਹਾਨੂੰ ਉਹ ਇੱਕ ਚੀਜ਼ ਨਜ਼ਰ ਆ ਰਹੀ ਹੈ ਠੀਕ ਹੈ ਨਹੀਂ ਇਹ ਹੁਣ ਉਹੀ ਜਿਸ ਮੈਂ ਪਿਛਲੇ ਵਾਲੇ ਸਵਾਲ ਦੇ ਨਾਲ ਦੁਬਾਰਾ ਕਨੈਕਟ ਕਰਨਾ ਕਿ ਕਿਉਂਕਿ ਸਿਨਸ ਹੀ ਰਾਈਟਡ ਸਟਾਰਟਡ ਰਾਈਟਿੰਗ ਬਲਕਿ ਉਦੋਂ ਤੱਕ 70 ਤੱਕ ਤੇ ਨਾ ਹੋ ਗਿਆ ਸੀ ਬਹੁਤ ਉਦੋਂ ਜਿਹੜੀ ਮੂਵਮੈਂਟਸ ਚੱਲ ਰਹੀਆਂ ਸਨ ਮੁਲਕ ਦੇ ਅੰਦਰ ਵੀ ਪ੍ਰੋਗਰੈਸਿਵ ਵੀ ਹੋ ਰੋ ਵੀ ਤੇ ਉਹਦੇ ਨਾਲ ਵੀ মনির ਤੁਨੂੰ ਦੇਖ ਰਿਹਾ ਸੀ ਨਾ ਸਾਰੇ ਨੂੰ ਸੋ ਉਸ ਨੂੰ ਅ ਜਿਹੜਾ ਲਿੰਕ ਕਰ ਰਿਹਾ ਉਹ ਵਾਏ ਉਸ ਤੇ ਉਹ ਫਿਰ ਬਾਰਡਰ ਲਾਈਨ ਕਿਉਂ ਦੁਬਾਰਾ ਪਿੱਛੇ ਜਾ ਕੇ ਫਿਰ ਉਹਦੇ ਨਾਲ ਜੋੜਦਾ ਹੈ ਉਹਦੀ ਜਿਹੜੀ ਤਾਂ ਕਿ ਉਹਨਾਂ ਨੂੰ ਸਮਝ ਆਏ ਨਹੀਂ ਸਾਨੂੰ ਸਮਝ ਆਏ ਨਹੀਂ ਮਤਲਬ ਇਹ ਹੈ ਕਿ ਉਹ ਤੇ ਜਿਹੜੀ ਮੁੰਦੇ ਇਰ ਨਿਆਜ਼ੀ ਦੀ ਸ਼ਾਇਰੀ ਹੈ ਉਹ ਤੇ ਇੱਕ ਪਰਸਪਕੋਟਿਕ ਪਰਸੈਪਸ਼ਨ ਦੇ ਲੈਵਲ ਦੀ ਸ਼ਾਇਰੀ ਹੈ ওকে ਬੇਸਿਕਲੀ ਉਹ ਕਿਸੇ ਨਜ਼ਰੀਏ ਦੀ ਬੁਨਿਆਦ ਤੇ ਸ਼ਾਇਰੀ ਨਹੀਂ ਕਰ ਰਿਹਾ ਜਿਵੇਂ ਬੜੇ سارے ਸ਼ਾਇਰ ਕਰਦੇ ਨੇ ਉਹ ਨਹੀਂ ਕਰ ਰਿਹਾ ਉਹ ਤੇ ਇੱਕ ਜਿਹੜਾ ਪੁਰਾਣਾ ਸਮਾਜ ਔਰ ਪੁਰਾਣੇ ਸਮਾਜ ਦੀ ਜਿਹੜੀ ਰਹਿਤ ਬੈ ਸੀ ਜਿਹੜੇ ਉਹਦੀਆਂ ਸਹਨਤਾ ਸਨ ਜਿਹੜੀਆਂ ਉਹਦੀਆਂ ਰਮਜ਼ਾਂ ਸਨ ਉਹ ਉਹਨਾਂ ਨੂੰ ਵਰਤ ਕੇ ਤੇ ਸ਼ਾਇਰੀ ਕਰ ਰਿਹਾ ਹੈ। ਹੂੰ। ਇਹ ਇਹ ਹੈ ਮਦੀਰ ਨਿਆਜ਼ੀ ਦੀ ਖੂਬੀ ਵੀ ਔਰ ਇਹ ਹੋਈ ਉਹਦੀ ਲਿਮਿਟੇਸ਼ਨ ਵੀ ਹੈ। ਹੂੰ। ਲੇਕਿਨ ਇਹ ਹੈ ਮਦੀਰ ਨਿਆਜ਼ੀ। ਠੀਕ ਹੈ। ਜੀ। ਮੌਦੀ ਆਵਾਜ਼ ਇੱਕ ਪੁਰਾਣਾ ਜੰਗਲ ਸੀ ਤੇ ਕਾਲੀ ਸ਼ਾਮ ਦਾ ਵੇਲਾ ਉਹਦੇ ਕੋਲੋਂ ਲੰਘਿਆ ਮੈਨੂੰ ਅਜਬ ਆਵਾਜ਼ ਆਇਆ ਕਿਸੇ ਨੇ ਮੇਰਾ ਨਾਮ ਲੈ ਮੈਨੂੰ ਆਪਣੇ ਵੱਲ ਬੁਲਾਇਆ ਇੰਜ ਲੱਗਾ ਜਿਵੇਂ ਪਹਿਲੇ ਵੀ ਮੈਂ ਇਹ ਆਵਾਜ਼ ਸੁਣੀ ਹੈ ਛੋਟਿਆਂ ਹੁੰਦਿਆਂ ਸੁਪਨੇ ਵਿੱਚ ਜਾਂ ਉਹਨਾਂ ਮਕਾਨਾਂ ਅੰਦਰ ਜਿੰਨਾ ਚ ਰਾਤ ਆਂਦੀ ਏ ਜਿਵੇਂ ਮੌਤ ਮਸਾਨਾ ਅੰਦਰ ਹਾਂਜੀ ਇਹ ਹੁਣ ਜਿਹੜੇ ਮਸਾਨ ਨੇ ਇਹ ਮੈਨੂੰ ਪਹਿਲੇ ਦਸਾਂ ਮਸਾਨ ਕੀ ਹੁੰਦੇ ਨੇ ਮਸਾਨ ਜਿਹੜੇ ਨੇ ਉਹ ਵੀ ਜਿਹਨ ਜਿੰ ਚਿੜੇਲਾ ਪਰੀਆਂ ਨੇ ਮਸਾਨ ਉਹਨਾਂ ਦੀ نسل ਦੀ ਇੱਕ ਚੀਜ਼ ਹੈ اچھا ਇਹ ਆਮ ਤੌਰ ਤੇ ਮਸਾਨ ਜਿਹੜੇ ਹੁੰਦੇ ਸਨ ਨਾ ਇਹ ਕੁੜੀਆਂ ਨੂੰ ਚੰਬੜਦੇ ਸਨ ਅੱਛਾ ਇਹ ਜੁੜੀਆਂ ਕੁੜੀਆਂ ਨੂੰ ਬਿਮਾਰੀਆਂ ਹੋ ਜਾਂਦੀਆਂ ਸਨ ਨਾ ਕੀ ਉਹਨੂੰ ਕਹਿੰਦੇ ਨੇ ਉਹ ਜਿਹੜੀ ਜਿਹੜੀ ਜਿੰਸੀ ਖਾਸ ਦੇ ਨਾਲ ਬਿਮਾਰੀ ਪੈਦਾ ਹੁੰਦੀ ਹੈ ਉਹਨੂੰ ਪਤਾ ਨਹੀਂ ਕੀ ਕਹਿੰਦੇ ਨੇ ਉਹਦਾ ਕੋਈ ਖਾਸ ਨਾਮ ਹੈਗਾ ਤੇ ਇਹ ਜਵਾਨ ਕੁੜੀਆਂ ਨੂੰ ਆਮ ਤੌਰ ਤੇ ਮਸਾਨ ਚੰਬੜ ਜਾਂਦੇ ਸਨ ਜੋਹਰ ਹੁੰਦੇ ਨੂੰ ਹੀ ਵੇਸੇ ਚੰਬੜ ਜਾਂਦੇ ਸਨ ਤੇ ਉਹ ਫਿਰ ਉਹਦੇ ਲਈ ਖਾਸ ਤੌਰ ਦੇ ਉੱਤੇ ਖਾਸ ਤਰ੍ਹਾਂ ਦੇ ਹਕੀਮ ਤੇ ਜਾਦੂਗਰ ਹੁੰਦੇ ਸਨ ਜਿਨ੍ਹਾਂ ਨੂੰ ਬੁਲਾਇਆ ਜਾਂਦਾ ਸੀ ਉਹ ਖਾਸ ਤਰ੍ਹਾਂ ਦੀਆਂ ਧੂਆਂ ਦਿੰਦੇ ਸਨ ਫਿਰ ਉਹ ਕੁੱਟਦੇ ਵੀ ਸਨ ਉਹਨਾਂ ਨੂੰ ਤੇ ਉਹ ਕਹਿੰਦੇ ਸੀ ਮਸਾਣਾ ਨੂੰ ਕੁੱਟ ਰਹੇ ਆਂ ਤੂੰ ਮਸਾਣ ਕੱਢ ਦੇ ਸਾ ਠੀਕ ਹੈ ਇਹ ਇੱਕ ਪੂਰਾ ਇੱਕ ਸਿਲਸਿਲਾ ਹੁੰਦਾ ਸੀ ਇਹਦੇ ਵਿੱਚ ਤੁਸੀਂ ਦੇਖੋ ਕਿ ਇਹ ਜਿਹੜੀ ਨਜ਼ਮ ਹੈ ਇਹਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਇਹ ਹੈ ਕਿ ਇਹ ਇੱਕ ਆਮ ਪਿੰਡਾਂ ਦੇ ਵਿੱਚ ਜਿਹੜੀ ਜਿਹੜੀ ਪਿੰਡੂ ਸਮਾਜ ਸੀਗਾ ਉਹਦੇ ਵਿੱਚ ਇਹ ਮੰਨਿਆ ਜਾਂਦਾ ਸੀਗਾ ਕਿ ਮੈਂ ਜਾ ਰਿਹਾ ਸਾਂ ਇਤਿ ਯਕੀਨ ਸੀ ਤੇ ਮੈਨੂੰ ਆਵਾਜ਼ ਆਈ ਪਿੱਛੋਂ ਕਿਸੇ ਦੀ ਵੇਖ ਤਾਂ ਕੋਈ ਵੀ ਨਹੀਂ ਹੈਗਾ ਮਤਲਬ ਇਹ ਹੈ ਕਿ ਉਹ ਅਣ ਸੁਣੀਆਂ ਆਵਾਜ਼ਾਂ ਜਿਵੇਂ ਅਨ ਡਿਟੀਆਂ ਜਿਆਸਾਂ ਇਵੇਂ ਅਣ ਸੁਣੀਆਂ ਆਵਾਜ਼ਾਂ ਵੀ ਸੁਣੀਆਂ ਜਾਂਦੀਆਂ ਸਾਰ। ਉਸ ਵੇਲੇ। ਮਤਲਬ ਮੈਂ ਉਹਦਾ ਸ਼ਾਹਦ ਹਾਂ। ਤੁਹਾਨੂੰ ਵੀ ਆਈਆਂ ਨੇ ਬਾਦਾਂ। ਹਾਂਜੀ ਮਤਲਬ ਇਹ ਸੱਚ ਹੈ ਕਿ ਉਹ ਵਾਕੀ ਲੱਗਦਾ ਸੀ ਜਿਵੇਂ ਆ ਰਹੀਆਂ। ਤੇ ਇਹ ਉਹ ਇਹ ਉਹ ਜਿਹੜੀ 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 ਸੂਰਤ ਸੂਰਤ ਸੀ ਇਹ ਉਹ ਨੂੰ ਉਥੋਂ ਆ ਰਹੀ ਹੈ ਇਹਦੀਆਂ ਪਹਿਲੀਆਂ ਲਾਈਨਾਂ। ਛੋਟਿਆਂ ਹੁੰਦਿਆਂ ਸੁਪਨੇ ਵਿੱਚ ਜਾਂ ਉਹਨਾਂ ਮਕਾਨਾਂ ਅੰਦਰ ਹਾਂ ਜਿੰਨਾ ਚ ਰਾਤ ਆਂਦੀ ਏ ਜਿਵੇਂ ਮੌਤ ਮਸਾਨਾ ਅੰਦਰ ਹਾਂਜੀ ਅੱਛਾ ਜੀ ਅਗਲਾ ਜੀ ਹੋਣੀ ਦੇ ਇਹ ਤਾਂ ਬੜੀ ਮਸ਼ਹੂਰ ਨਜ਼ਮ ਹੈ ਹੋਣੀ ਦੇ ਹੀਲੇ ਤੇ ਬੜੀ ਮਸ਼ਹੂਰ ਹੈ ਜੀ ਕਿਸ ਦਾ ਦੋਸ਼ ਸੀ ਕਿਸ ਦਾ ਨਹੀਂ ਸੀ ਇਹ ਗੱਲਾਂ ਹੁਣ ਕਰਨਦੀਆਂ ਨਹੀਂ ਵੇਲੇ ਲੰਘੇ ਤੌਬਾ ਵਾਲੇ ਰਾਤਾਂ ਹੋ ਕੇ ਪਰੰਦੀਆਂ ਨਹੀਂ ਜੋ ਹੋਇਆ ਇਹ ਹੋਣਾ ਹੀ ਸੀ ਤੇ ਹੋਣੀ ਰੋਕਿਆਂ ਰੁਕਦੀ ਨਹੀਂ ਇੱਕ ਵਾਰੀ ਜਦੋਂ ਸ਼ੁਰੂ ਹੋ ਜਾਵੇ ਗੱਲ ਫਿਰ ਐਵੇਂ ਮੁਕਦੀ ਨਹੀਂ ਕੁਝ ਉਂਝ ਵੀ ਰਾਵਾਂ ਔਖੀਆਂ ਸਨ ਕੁਝ ਗੱਲ ਵਿੱਚ ਗਮ ਦਾ ਤੋਕ ਵੀ ਸੀ ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ ਕੁਝ ਮੈਨੂੰ ਮਰੰਦਾ ਸ਼ੌਕ ਵੀ ਸੀ ਹਾਂਜੀ ਇਹ ਜਿਹੜੀ ਨਗਮ ਜਦੋਂ ਸ਼ੁਰੂ ਹੁੰਦੀ ਹੈ ਨਾ ਹੋਣੀ ਦੇ ਹਿੱਲੇ ਹਾਂ ਇਹ ਜਿਹੜੀ ਹੋਣੀ ਆ ਇਹ ਪੰਜਾਬੀ ਦੀ ਜਿਹੜੀ ਕਲਾਸੀਕਲ ਦੀਤ ਹੈ ਉਹਦੇ ਵਿੱਚ ਇਹਨੂੰ ਤਕਦੀਰ ਕਿਹਾ ਗਿਆ ਯਾਂ ਤਕਦੀਰ ਕਿਆ ਕਿਆ ਜਾਂਦਾ ਹੈ ਜਾਂ ਇਹਨੂੰ ਰਜ਼ਾ ਕਿਹਾ ਜਾਂਦਾ ਹੈ ਰੱਬ ਦੀ ਰਜ਼ਾ ਭਗਵਾਨ ਦੀ ਰਜ਼ਾ ਠੀਕ ਹੈ ਜੇ ਸਵਾਰੇ ਹੈ ਕਿ ਉਹ ਕਿਸੇ ਦੇ ਰੋਕਿਆ ਨਹੀਂ ਰੋਕਦੀ ਜੋ ਹੋਣਾ ਹੁੰਦਾ ਹੈ ਉਹ ਹੋ ਕੇ ਹੀ ਰਹਿੰਦਾ ਇਹਦੀ ਕਿਹ ਤਰ੍ਹਾਂ ਇੰਟਰਪ੍ਰੀਟੇਸ਼ਨ ਕੀਤੀ ਜਾ ਸਕਦੀ ਹੈ ਇੱਕ ਤੇ ਹੈ ਕਿ ਜਿਹੜਾ ਉਹ ਸੁਸਾਇਟੀ ਹੈ ਉਹਦੇ ਵਿੱਚ ਬੰਦੇ ਦੇ ਵਾਸ ਵਿੱਚ ਬਹੁਤ ਘਟ ਬਹੁਤੀਆਂ ਗੱਲਾਂ ਬੰਦੇ ਦੇ ਵਸੋਂ ਬਾਹਰ ਨੇ ਇਸ ਵਾਸਤੇ ਬੰਦੇ ਨਾਲ ਜੋ ਹੋਣਾ ਹੈ ਉਹਦੇ ਉੱਤੇ ਉਹ ਉਹਨੂੰ ਉਹ ਬਦਲ ਨਹੀਂ ਸਕਦਾ ਇੱਕ ਤੇ ਇਹ ਹੈ ਹੂੰ ਦੂਸਰੀ ਇਹਦੀ ਜਿਹੜੀ ਤਫਸੀਰ ਜਾਂ ਇੰਟਰਪ੍ਰੀਟੇਸ਼ਨ ਕੀਤੀ ਜਾ ਸਕਦੀ ਹੈ ਉਹ ਇਹ ਹੈ ਕਿ ਤਾਰੀਖ ਦੇ ਇੱਕ ਖਾਸ ਵਿਲੇ ਤੇ ਇੱਕ ਖਾਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਔਰ ਉਹਨਾਂ ਹਾਲਾਤ ਨੂੰ ਉਹਨਾਂ ਹਾਲਾਂ ਨੂੰ ਤੁਸੀਂ ਬਦਲ ਨਹੀਂ ਸਕਦੇ ਉਹ ਜਤਨ ਵੀ ਕਰ ਲੋ ਤਾਂ ਵੀ ਨਹੀਂ ਬਦਲ ਸਕਦੇ ਤੇ ਉਹ ਉਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਹਾਲਾਤਾਂ ਦੇ ਵਿੱਚ ਜੋ ਹੋਣਾ ਹੁੰਦਾ ਹੈ ਉਹ ਹੋ ਕੇ ਰਹਿੰਦਾ ਹੈ ਇਹ ਗੱਲ ਪਹਿਲੇ ਹਿੱਸੇ ਦੇ ਵਿੱਚ ਹੋਈ ਹੈ ਹਾਂ ਇਸ ਨਜ਼ਮ ਤੇ ਦੂਜੇ ਹਿੱਸੇ ਦੇ ਵਿੱਚ ਜਿਹੜੀ ਹੈ ਉਹ ਅੱਜ ਤੇ ਆ ਗਏ ਨੇ ਕਿ ਕੁਣ ਉਂਝ ਵੀ ਰਹਾਂ ਔਖੀਆਂ ਸਨ ਕੁਝ ਗੱਲ ਵਿੱਚ ਗਮ ਦਾ ਤੋਕ ਵੀ ਸੀ ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ ਕੁਝ ਮੈਨੂੰ ਮਰਨ ਦਾ ਸ਼ੌਕ ਵੀ ਸੀ ਮਤਲਬ ਇਹ ਹੈ ਕਿ ਜਿਹੜੀ ਮੈਂ ਯਤਨ ਕਰ ਰਿਆ ਸਾਂ ਉਹ ਬਣਾ ਦੇ ਤੋੜ ਹੁੰਦੇ ਹੁੰਨੀ ਨੂੰ ਤੋੜਨ ਦੇ ਉਹਦੇ ਵਿੱਚ ਕੁਸ਼ਮੇਰਾ ਵੀ ਕਸੂਰ ਸੀ ਤੇ ਕੁਝ ਜਿਹੜੀ ਤਾਰੀਖ ਹੈ ਉਹਦਾ ਵੀ ਹੱਥ ਸੀ ਉਹ ਵੀ ਨਹੀਂ ਸੀ ਹੋਂ ਹੋਂ ਦਿੰਦੀ ਐਸ ਗੱਲ ਇਹ ਇਹ ਹੈ ਦਾ ਮਤਲਬ আচ্ছা ਜਦੋਂ ਜੰਗਲ ਵਿੱਚ ਹੋਵੋ ਸਹਿਰ ਦੁਪਹਿਰ ਦੁਪਹਿਰ ਨੂੰ ਜਾਂਦਿਆਂ ਜਾਂਦਿਆਂ ਜੇ ਕੋਈ ਪਿੱਛੋਂ ਬੁਲਾਵੇ ਪਿੱਛੇ ਮੁੜ ਕੇ ਕਦੇ ਨਾ ਵੇਖੋ ਲੱਖੋ ਮਿੰਟਾਂ ਪਾਵੇ ਹਾਂ ਜ਼ਾਹਰ ਨੂੰ ਗਾਇਬ ਦਾ ਡਰ ਨਹੀਂ ਇਹ ਦੂਜੀ ਨਜ਼ਮਾ ਜ਼ਾਹਰ ਨੂੰ ਗਾਇਬ ਦਾ ਡਰ ਹਾਂ ਅੱਛਾ ਇਹ ਲੱਖੋ ਮਿੰਟਾਂ ਪਾਵੇ ਹੁਣ ਇਹ ਅਸੀਂ ਪਹਿਲੇ ਗੱਲ ਕਰ ਬੈਠੇ ਹਾਂ ਕਿ ਉਹ ਆਵਾਜ਼ਾਂ ਆ ਰਹੀਆਂ ਨੇ ਜਿਹੜੀਆਂ ਹਾਂ ਇਹ ਵੀ ਇਹ ਵੀ ਇੱਕ ਮਿੱਥ ਹੁੰਦੀ ਸੀ ਇਹ ਵੀ ਇੱਕ ਮਿੱਥ ਹੁੰਦੀ ਸੀ ਕਿ ਜੇ ਮੁੜ ਕੇ ਵੇਖੋਗੇ ਤੇ ਕੱਤਰੋ ਜਾਗੇ ਸਿਖਰ ਦੁਪਹਿਰਾਂ ਚ ਜੇ ਸਿਖਰ ਆਮ ਤੌਰ ਤੇ ਜਿਹੜੀਆਂ ਡੈਣਾ ਤੇ ਚੜੇਲਾ ਤੇ ਭੂਤ ਤੇ ਮਸਾਨ ਤੇ ਬਾਕੀ ਜਿਹੜੇ ਸਾਰੇ ਨੇ ਨਾ ਇਹਨਾਂ ਦੇ ਬਾਰੇ ਚ ਆਮ ਤੌਰ ਤੇ ਸਮਝਿਆ ਸਮਝਿਆ ਜਾਂਦਾ ਸੀ ਕਿ ਯਾ ਤੇ ਰਾਤ ਨੂੰ ਨਿਕਲਦੇ ਨੇ ਤੇ ਯਾ ਸਿਖਰ ਦੁਪਹਿਰਾਂ ਨੂੰ ਨਿਕਲਦੇ ਨੇ ਤੁਨ ਬੰਦਾ ਕੋਈ ਨਹੀਂ ਹੋਇਆ ਨਾ ਜਦੋਂ ਬੰਦਾ ਕੋਈ ਨਾ ਹੋ ਠੀਕ ਹੈ ਤੇ ਇਹ ਇਹ ਵੀ ਹੁੰਦਾ ਸੀ ਕਿ ਜੇ ਆਵਾਜ਼ ਆਵੇ ਪਿੱਛੇ ਮੋੜ ਕੇ ਨਾ ਵੇਖੇ ਕੋਈ ਕਿ ਕੋਈ ਉਸਾਗਾ ਦਾ ਕੋਈ ਬਲਾਕ ਕੋਈ ਮਸਾਨ ਕੋਈ ਉਹ ਤੇ ਉਹ ਅਨਡਿੱਖੀਆਂ ਚੀਜ਼ਾਂ ਦਾ ਖੌਫ ਜਿਹੜਾ ਹੈ ਉਹ ਹੀ ਇਸ ਨਜ਼ਮ ਦੇ ਵਿੱਚ ਆ ਰਿਹਾ ਹੈ ਅੱਛਾ ਜ਼ਾਹਰ ਨੂੰ ਗਾਇਬ ਦਾ ਡਰ ਹੂੰ ਜ਼ਾਹਰ ਸਾਡਾ ਹੋਰ ਕਿਤੇ ਜ਼ਾਹਰ ਸਾਡਾ ਹੋਰ ਕਿਤੇ ਬਾਤਨ ਹੋਰਾਂ ਪਾਸੇ ਹੂੰ ਹੂੰ ਦਿਲ ਦਿਲ ਵਿੱਚ ਡਰ ਜਿਹੜਾ ਕੱਢਿਆ ਨਾ ਜਾਵੇ ਸ਼ਕਨਾ ਉੱਤੇ ਹਾਸੇ ਹੂੰ ਹੂੰ ਇਕੱਠੇ ਹੋ ਹੋ ਬੈਠਣ ਲੋਕੀ ਦੁਸ਼ਮਣ ਕੋਲੋਂ ਡਰ ਕੇ ਇਕ ਦੂਜੇ ਵੱਲ ਵੇਖ ਨਾ ਸਕਨ ਸਾਹਮਣੇ ਅੱਖਾਂ ਕਰਕੇ ਹਾਂਜੀ ਮਤਲਬ ਇਹ ਹੈ ਕਿ ਇਹ ਜਿਹੜੇ ਜ਼ਾਹਰ ਨੂੰ ਗਾਇਬ ਦਾ ਡਰ ਜ਼ਾਹਰ ਨੂੰ ਗਾਇਬ ਦਾ ਕਿ ਜ਼ਾਹਰ ਦੇ ਵਿੱਚ ਤੇ ਅਸੀਂ ਜਿਹੜੇ ਆ ਉਹ ਹੱਸ ਰਹੇ ਸਾਡੇ ਬੁੱਲਾਂ ਉਤੇ ਹਾਸੇ ਨੇ ਇਹ ਹੈ ਉਹ ਹੈ ਲੇਕਿਨ ਇਹ ਸਾਰੇ ਦੇ ਪਿੱਛੇ ਸਾਡਾ ਇੱਕ ਮੁਸ਼ਤਰਕਾ ਖੌਫ ਹੈ ਦੀ ਨੀਰ ਮੀਆਂ ਜੀ ਦੀ ਇੱਕ ਹੋਰ ਨਜ਼ਮ ਵੀ ਹੈ ਜਿਹੜੀ ਅਸੀਂ ਇਹਦੇ ਚ ਨਹੀਂ ਸ਼ਾਮਲ ਕੀਤੀ ਮਕਾਨ ਸ਼ਹਿਰ ਦੇ ਮਕਾਨ ਹਮ ਇੱਕ ਦੂਜੇ ਨਾਲ ਜੁੜੇ ਹੋਏ ਨੇ ਹਾਂ ਹਾਂ ਕਿ ਡਰ ਡਰ ਤੋਂ ਇੱਕ ਦੂਜੇ ਨਾਲ ਜੁੜੇ ਹੋਏ ਨੇ ਕਿ ਇਹ ਖੌਫ ਤੋਂ ਇੱਕ ਦੂਜੇ ਨਾਲ ਜੁੜੇ ਹੋਏ ਨੇ ਇਹ ਉਹਦੀ ਇੱਕ ਮੁਸਲਸਲ تھیਮ ਹੈ ਕਿ ਜਿਹੜੇ ਬੰਦੇ ਆਪਸ ਜੁੜੇ ਹੋਏ ਨੇ ਇਹ ਅਸਲ ਦੇ ਵਿੱਚ ਇੱਕ ਮੁਸ਼ਤਰਕਾ ਖੌਫ ਹੈ ਸਾਰਿਆਂ ਨੂੰ ਜਿਹਦੇ ਨਾਲ ਇਹ 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 ਜੁੜ ਜਾਂਦੇ ਨੇ ਇਹਨੂੰ ਤੁਸੀਂ ਇੰਜ ਵੀ ਵੇਖ ਸਕਦੇ ਹੋ ਇਹਨੂੰ ਇੰਜ ਵੀ ਤੁਸੀਂ ਵੇਖ ਸਕਦੇ ਹੋ ਕਿ ਇਹ ਗੱਲ ਇਹ ਕਹਿ ਰਿਹਾ ਹੈ ਕਿ ਇਹਦੀ ਵਿੱਚ ਕਿਸੇ مذہب ਦਾ ਕਿਸੇ عقیده ਦਾ ਹੱਥ ਨਹੀਂ ਆਗਾ ਬੰਦੇ ਆਮ ਆਮੂਮੀ ਤੌਰ ਤੇ ਇਸ ਈਦੇ ਵਿੱਚ ਇੱਕ ਦੂਜੇ ਨਾਲ ਕਿਸੇ ਮੁਸ਼ਰਕਾ ਖੌਫ ਤੋਂ इकट्ठे ਹੋਏ ਹੁੰਦੇ ਨੇ ਠੀਕ ਹੈ ਠੀਕ ਹੈ ਕੋਈ ਵੀ ਤੁਸੀਂ ਜੇਕਰ ਇਨ ਟ੍ਰਾਂਸਲੇਟ ਕਰ ਲੋ ਕਿਸੇ ਪੋਲਿਟਿਕਲ ਮੂਵਮੈਂਟ ਜਾਂ ਜਾਂ ਵੈਸੇ ਜੋ ਵੀ ਦੁਨੀਆ 'ਚ ਹੁੰਦਾ ਹੈ ਉਹਦੇ 'ਚ ਜਦੋਂ ਲੋਕ ਇਕੱਠੇ ਹੁੰਦੇ ਨੇ ਤਾਂ ਇੱਕ ਦੁਸ਼ਮਨ ਦੇ ਅਗੇਂਸਟ ਉੱਥੇ ਆਉਂਦੇ ਨੇ ਨਾ ਕਿਉਂਕਿ ਤੁਹਾਡੀ ਰਹਿਤ ਲੋਰੇ ਤੁਸੀਂ ਆਪਣਾ ਕੰਮ-ਕਸ਼ਮ ਤੁਹਾਡਾ ਕਾਜ ਹੋ ਰਿਹਾ ਸਾਰਾ ਕੁਝ ਹੋਰ ਕਰ ਰਹੇ ਹੋ ਆਪਣਾ ਜ਼ਿੰਦਗੀ ਦਾ ਬਾਕੀ ਤਾਂ ਜਿਹੜਾ ਚੱਲ ਰਿਹਾ ਤੁਹਾਡਾ ਹਾਂ ਹਾਂ ਸੋ ਬਿਲਕੁਲ ਵੇਖੋ ਨਾ ਇਹ ਜਿਹੜਾ ਖੌਫ ਹੈ ਜਿਹੜਾ مشترਕਾ ਖੌਫ ਹੈ ਆਪਣਾ ਦੇਖੋ ਨਾ ਤੁਸੀਂ ਆਪਣਾ ਬੁੱਲੇ ਸ਼ਾਹ ਦੀ ਲਾਇਕ ਬੁੱਲੇ ਸ਼ਾਹ ਦੀ ਲਾਈਨ ਹੈ ਕਿਤੇ RAMDAS ਕਿਤੇ FATIMA MUHAMMAD ਇਹੋ ਕਦੀਮੀ ਸ਼ੋਰ ਨਿਪਟ ਗਿਆ ਦੋਹਾਂ ਦਾ ਝਗੜਾ ਵਿੱਚੋਂ ਨਿਕਲ ਪਿਆ ਕੋਈ ਹੋਰ ਠੀਕ ਕਿਤੇ ਉਹਨੂੰ RAMDAS Hindu ਕਿਹਾ ਜਾਂਦਾ ਹੈ ਕਿਤੇ ਉਹਨੂੰ FATIMA MUHAMMAD ਕਿਹਾ ਜਾਂਦਾ ਬੰਦੇ ਨੂੰ ਤੇ ਜੇ ਵਿੱਚੋਂ ਝਗੜਾ ਨਿਵੇੜ ਜੋ ਦੋਹਾਂ ਦਾ ਤੇ ਖੌਫ ਤੋਂ ਕੋਈ ਹੋਰ ਹੈਗਾ ਵਿੱਚ ਵਿੱਚੋਂ ਨਿਕਲ ਪਿਆ ਕੋਈ ਹੋਰ ਜਾਂ ਇੱਕ ਜਗਾ ਬੁੱਲੇ ਸ਼ਾਹ ਉਰੀ ਕਹਿੰਦੇ ਨੇ ਆ ਜਬ ਜੋਗੀ ਤੂੰ ਵਸਲ ਕਰੋਗੇ ਬਾਗ ਦਿਓ ਜਾਂ ਨਾਦ ਹੋ ਜਾਵੇ ਬਾਗ ਦਿਓ ਜਾਂ ਬਾਗ ਦਿਵੋ ਜਾਂ ਨਾਦ ਹੋ ਜਾਓ ਜੇ ਤੂੰ ਵਸਲ ਕਰੇਗਾ ਤੇ ਉਸ ਵੇਲੇ ਬਾਗ ਦੇਵੇਂ ਜਾਂ ਤੂੰ ਨਾਦ ਹੋ ਜਾਵੇਂ ਕੋਈ ਜੀ ਗੱਲ ਹੈ ਸੋ ਇਹ ਇਹ ਜਿਹੜੀ ਇੱਕ 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 ਜਿਹੜੀ ਸਾਂਝੀ ਸਾਂਝਾ ਖੌਫ ਹੈ ਹਾਂ ਹਾਂਜੀ ਉਹਦੀ ਪਿਛੇ ਪਹਿਲੇ ਗੱਲ ਵੀ ਕਰ ਚੁੱਕੇ ਆ ਜ਼ਾਰ ਨੂੰ ਗਾਇਬ ਦਾ ਡਰ ਅੱਛਾ ਸੁੰਦਰਬਨ ਜੀ ਸੁੰਦਰਬਨ ਦੇ ਕੰਡੇ ਕੰਡੇ ਪਾਣੀ ਹੈ ਦਰਿਆਵਾਂ ਦਾ ਸ਼ੇਰਾਂ ਤੇ ਸੰਸਾਰਾਂ ਵਾਲੀ ਚੁੱਪੇ ਦੋਵੋਂ ਦੋਵੋਂ ਪਾਸ ਪਾਸਿਆਂ ਤੇ ਦੋਨੋਂ ਪਾਸਿਆਂ ਤੇ ਦੋਨੋਂ ਪਾਸਿਆਂ ਤੇ ਚੁੱਪੇ ਉਹ ਕੁਝ ਇਸ ਕਿਸਮ ਦੀ ਖੌਫ ਜਿਵੇਂ ਦਰਗਾਵਾਂ ਦਾ ਐਸੀ ਸੁੰਦਰ ਬੰਦੇ ਅੰਦਰ ਐਸਾ ਨਾਗ ਵੀ ਰਹਿੰਦਾ ਏ ਇੱਕ ਇੱਕ ਮੀਲ ਤੇ ਸੁੰਝ ਕਰ ਕਰ ਦਿੰਦਾ ਜਿੱਥੇ ਜਾ ਕੇ ਬੰਦਾ ਏ ਜਿਸਮੇ ਉਸ ਦਾ ਅਜਬ ਰੰਗ ਦਾ ਪੀਂਗ ਦਾ ਤੋਖਾ ਪੈਂਦਾ ਏ ਵਾ ਵਾ ਇੱਕ ਸਿਫਤ ਐਸੀ ਇੱਕ ਇੱਕ ਸਿਫਤ ਐਸੀ ਇਸ ਇੱਕ ਸਿਫਤ ਇਸ ਬੰਨ ਵਿੱਚ ਹੋਰ ਏ ਹਾਂ ਇਹ ਸੌਰੀ ਇੱਕ ਸਿਫਤ ਇਸ ਬੰਨ ਵਿੱਚ ਇਸ ਬੰਨ ਵਿੱਚ ਹੋਰ ਏ ਜਿਹੜੀ ਕਿਤੇ ਨਾ ਵੇਖੋਗੇ ਸ਼ਾਮਾਂ ਤੱਕ ਵੀ ਖੜੇ ਰਹੋ ਤੇ ਪੰਛੀ ਕਿਤੇ ਨਾ ਵੇਖੋਗੇ ਹਾਂਜੀ ਇਹ ਹੁਣ ਵੇਖੋ ਇਵੀ ਇੱਕ ਇੱਕ ਐਸਾ ਮੰਜ਼ਰ ਹੈ ਕਿ ਤੁਹਾਨੂੰ ਪੰਛੀ ਨਹੀਂ ਆਗਾ ਸੱਪ ਤੇ ਸੱਪ ਦੀ ਨਾਲ ਜਿਹੜੀ ਮਾਇਥੋਲੋਜੀ ਹੈ ਪੁਰਾਣੀ ਕਿ ਇੱਕ ਦੇ ਇੱਕ ਨਜ਼ਮ ਵੀ ਆਏਗੀ ਸੂਰੋ ਬੈਤੀ ਉਥੇ ਸੱਪ ਵਗਾਰਾ ਵਗਾਰਾ ਠੀਕ ਹੈ ਨਾ ਜੀ ਤੇ ਇਹ ਸੁਨਦਰਬਨ ਦੇ ਅੰਦਰ ਜੋ ਕੁਝ ਚੋਪੇ ਉਸ ਚੋਪ ਦੇ ਪਿੱਛੇ ਇੱਕ ਸੱਪ ਵੀ ਹੈ ਹੋਰ ਸਭ ਐਸਾ ਰੰਗੀਲਾ ਸੱਪ ਹੈ ਤੂੰ ਖੰਡਾ ਦਨੂ ਗਿੰਗਰ 빙ਦਾ ਇਹ ਤੂੰ ਇਹ ਲੱਗਦਾ ਹੈ ਕਿ ਜਿਹੜੀ ਉਹ ਪੁਰਾਣੀ ਜਿਹੜਾ ਨਜ਼ਰੀਆ ਜਾਂ ਜਿਹੜਾ ਤੁਹਾਡਾ عقیدਿਆਂ ਦਾ ਸਿਸਟਮ ਹੈ ਉਹ ਇੱਕ ਰੰਗਦਾਰ ਸੱਪ ਦੀ ਤਰ੍ਹਾਂ ਹੈ ਉਹ ਦਾ charm ਵੀ ਹੈ ਔਰ ਉਹ ਮਾਰੂਵੀ ਹੈ ਹਾਂ ਠੀਕ ਹੈ ਠੀਕ ਹੈ ਜੀ ਕੱਲ ਦੀ ਗੱਲ ਕੱਲ ਬੈਠਾ ਕੁਝ ਸੋਚ ਰਿਆ ਸਾਂ ਗੱਲ ਇੱਕ ਗੁਜ਼ਰੇ ਵੇਲੇ ਦੀ ਆਪਣੇ ਪਿੰਡ ਦੇ ਪਿਪਲਾ ਹੀਠਾਂ ਛੋਟੀ Eid ਦੇ ਮੇਲੇ ਦੀ ਮੈਂ ਜਿਹੜਾ ਮਸ਼ਹੂਰ ਹਾਂ ਨਾ ਦਿਲ ਦੇ ਪੇਟ ਨੂੰ ਕਾਵਣ ਵਿੱਚ ਗਮ ਦੀ ਤਿੱਖੀ ਚੀਕ ਨੂੰ ਘੁੱਟ ਕੇ ਉੱਪਰੋਂ ਹੱਸਦਾ ਜਾਵਣ ਵਿੱਚ ਉਸ ਪੁਰਾਣੇ ਦਿਨ ਦੇ ਵਿੱਚੋਂ ਕਰਕੇ ਯਾਦ ਇੱਕ ਮੌਕੇ ਨੂੰ ਜ਼ੋਰ ਦੀ ਲਾਕੇ ਰੋਕ ਜ਼ੋਰ ਵੀ ਲਾਕੇ ਜ਼ੋਰ ਵੀ ਲਾਕੇ ਰੋਕ ਨਹੀਂ ਸਕਿਆ ਆਪਣੇ ਦਿਲ ਦੇ ਹੌਕੇ ਨੂੰ ਹੂੰ ਇਹ ਤੇ ਮਤਲਬ ਇੱਕ ਹਾਂ ਇਹ ਤੇ ਨਾਸਟਾਲਜੀਆ ਹੈ ਠੀਕ ਹੈ ਲੁਕੀਆਂ ਹੋਈਆਂ ਚੀਜ਼ਾਂ ਹੂੰ ਚੁੱਪ-ਚੁੱਪੀ ਤੇ ਜੰਗਲਾਂ ਅੰਦਰ ਪਹਿਨਾ ਪਾंदे ਮੋਰ ਰਾਤ ਨੂੰ ਸ਼ਹਿਰ ਦੀ ਗਲੀ-ਗਲੀ ਵਿੱਚ ਫਿਰਦੇ ਕਾਲੇ ਚੋਰ ਸਦਾਈ ਓਲੇ ਓਲੇ ਰਹਿੰਦੇ ਵੇਖੋ ਤੇ ਲੁਕ ਜਾਣ ਜੇ ਕੋਈ ਇਹਨਾਂ ਨੂੰ ਲੱਭ ਨਿਕਲੇ ਫੜਿਆ ਹੱਤ ਨਾਨ ਜੇ ਕੋਈ ਇਹਨਾਂ ਨੂੰ ਲੱਭਣ ਡਿੱਕੇ ਫੜਿਆ ਹੱਤ ਨਾਨ ਫੜਿਆ ਆ ਇਹ ਫੇਰ ਜਿਹੜੇ ਇਹ ਜਿਹੜੀ ਆਵਾਜ਼ਾਂ ਆ ਰਹੀਆਂ ਨੇ ਸ਼ਹਿਰ ਦੇ ਵਿੱਚ ਤੇ ਜਿਹੜੇ ਚੋਰ ਨੇ ਅਸਲ ਚੋਰ ਜਿਹੜੇ ਨੇ ਇਹ ਇਹ ਚੋਰ ਉਹ ਨਹੀਂ ਹੈ ਜਿਹੜੇ ਕਿ ਤੁਹਾਨੂੰ ਜਿਹੜੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਜਿਹੜੇ ਜਿਹੜੇ ਚੋਰੀਆਂ ਕਰਦੇ ਫਿਰਦੇ ਨੇ ਚੋਰ ਤਸਲ ਦੇ ਵਿੱਚ ਹੈ ਨੇ ਜਿਹੜੇ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੇ ਹੂੰ ਉਹ ਉਹ ਨਜ਼ਰੀਆ ਜਿਹਨੇ ਤੁਹਾਨੂੰ ਬੰਨਿਆ ਹੈ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਖੋਹ ਲੈਂਦਾ ਹੈ ਜਿਹੜੇ ਤੁਹਾਡੀ ਜ਼ਿੰਦਗੀ ਦੇ ਜਿਹੜੇ ਸਭ ਤੋਂ ਚੰਗੇ ਹਿੱਸੇ ਨੇ ਉਹਨਾਂ ਨੂੰ ਚੋਰੀ ਕਰ ਲੈਂਦਾ ਹੈ ਠੀਕ ਹੈ ਉਹ ਇਹ ਜੋ ਸਹੀ ਤੁਸੀਂ ਠੀਕ ਕਹਿ ਰਹੇ ਹੋ ਕਿ ਉਹ ਸਮਾਜ ਦੇ ਜਿਹੜੀ ਨੈਚੁਰਲ ਪ੍ਰੋਡਕਸ਼ਨ ਦੇ ਜਿਹੜੇ ਰਿਸੋਰਸਸ ਹਨ ਔਰ ਬਿਲੀਫ ਸਿਸਟਮ ਹੈ ਅਨ ਨੈਚੁਰਲ ਫੋਰਸਸ ਤੇ ਉਰ ਐ ਵੀ ਹੈ ਕਿ ਡਰ ਵੀ ਹੈ ਲੇਕਿਨ ਉਹ ਡਰ ਦਾ ਤੋੜ ਵੀ ਅਨਨੇਚਰਲ ਕਿਸਮ ਦੀ ਉਹਦੇ ਚ ਲੱਭਦੇ ਨੇ ਬਿਲਕੁਲ ਇਹ ਹੀ ਇਸ ਡੂਇੰਗ ਦ ਸੇਮ ਬਿਲਕੁਲ ਉਹੀ ਕਰ ਰਹੇ ਨੇ ਕਿ ਨਾਲ ਨਾਲ ਉਹਦਾ ਉਸ ਦਾ ਉਹਨੂੰ ਸਿੰਬਲਿਜ਼ਮ ਵੀ ਉੱਥੋਂ ਲੈ ਰਹੇ ਨੇ ਤੇ ਨਾਲ ਉਹਦਾ ਤੋੜ ਵੀ ਉੱਥੋਂ ਹੀ ਕੱਢ ਰਹੇ ਨੇ ਬਿਲਕੁਲ ਬਿਲਕੁਲ ਅੱਛਾ ਅਗਲੇ ਜੀ ਸਪਨੀਆਂ ਸਿਫਤਾਂ ਮੈਕ ਹੋਵੇ ਤੇ ਉੱਥੇ ਸਭ ਸੂਰ ਹੋਵੇ ਤੇ ਉੱਥੇ ਸਭ ਧਰਤੀ ਹੇਟ ਹਨੇਰੇ ਅੰਦਰ ਜ਼ਰ ਹੋਵੇ ਤੇ ਉੱਥੇ ਸਭ ਹਾਂ ਇਹ ਵੀ ਉਹ ਜਿਹੜੀ ਪੁਰਾਣੀ ਜਿਹੜੀ ਮੈਂ ਅਥਰੋਲੋਜੀ ਹੈ ਦੇਲੀ ਪੁਰਾਣੀ ਅਕੀਦਿਆਂ ਦਾ ਸਿਸਟਮ ਹੈ ਉਹਦੇ ਵਿੱਚ ਵੀ ਉਹਦੇ ਵਿੱਚ ਸੱਪ ਦੀ ਬੜੀ ਅਹਿਮੀਅਤ ਸੀ ਸੱਪ ਬਹੁਤ ਉਹਦੇ ਚ ਬੁਨਿਆਦ اور ਸੱਪ ਦੇ ਵਾਰੇ ਚ ਇਹ ਸਾਰਾ ਕੁਝ kiya ਜਾਂਦਾ ਸੀ ਹਾਂ ਅੱਧੀ ਖੁੱਲੀ ਬਾਰੀ ਵਿੱਚੋਂ ਅੱਧਾ ਪਾਸਾ ਰੋਸ਼ਨੀ ਦੇ ਵਿੱਚ ਅੱਧਾ ਗੁਪ ਹਨੇਰੇ ਵਿੱਚ ਇੱਕ ਅੱਖ ਸੂਰਜ ਵਾਂਗੂ ਚਮਕੇ ਇੱਕ ਇੱਕੇ ਗੁਪ ਹਨੇਰੇ ਵਿੱਚ ਕਦੇ ਨਾ ਖੁੱਲ ਕੇ ਸਾਹਮਣੇ ਆਇਆ ਭੇਰ ਐ ਦੂਆ ਨਕਾਬਾਂ ਦਾ ਅੱਧਾ ਬੁਹਾ ਬਨ ਰਿਆ ਇਨਾ ਮਰਨ ਜੀਵਨ ਦੇ ਖਾਬਾਂ ਦਾ ਹਾਂਜੀ ਇਹ ਜਿਹੜੀ ਨਜ਼ਮ ਆ ਇਹ ਨੂੰ ਤੁਸੀਂ ਜੇ ਬਹੁਤ ਹੀ ਮਾਡਰਨ ਨਵੇਂ ਫਲਸਫੇ ਤੇ ਨਵੇਂ ਜ਼ਮਾਨੇ ਦੇ ਹਿਸਾਬ ਨਾਲ ਵੇਖੋ ਕਿ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਸ਼ੂਰਤ ਲਾਸ਼ੂਰ ਦੀ ਗੱਲ ਹੋ ਰਹੀ ਹੈ ਹਮ ਠੀਕ ਹੈ ਨਾ ਕਿ ਜਿਹੜਾ ਲਾਸ਼ ਹੂਰ ਹੈ ਉਹਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਦੀ ਠੀਕ ਹੈ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਹਿੱਸਾ ਬੜਾ ਵੱਡਾ ਕਿਰਦਾਰ ਅਦਾ ਕਰਦਾ ਹੈ ਠੀਕ ਹੈ ਇਹ ਵੀ ਇਹ 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 ਗੱਲ ਵੀ ਹੈ ਲੇਕਿਨ ਅਗਰ ਇਹਨੂੰ ਤੁਸੀਂ ਫੇਰ ਦੁਬਾਰਾ ਜਿਹੜੀ ਜਿਹੜਾ ਤੁਸੀਂ ਅਗਰ ਦੁਬਾਰਾ ਉਹਦੀ ਜਿਹੜੀ ਜੇਸਾ ਡਾਇਲੋਜੀ ਦੀ ਅਸੀਂ ਜੇਸਾ ਕੀਦੇ ਦੇ ਸਿਸਟਮ ਦੀ ਅਸੀਂ ਗੱਲ ਕਰ ਰਹੇ ਹਾਂ ਹਾਂ ਇਹ ਜੋ ਟਰਾਂਸਫਰਮੇਸ਼ਨ ਵੀ ਹੋ ਰਹੀ ਹੈ ਨਾ ਕਿ ਉਹਦੇ ਵਿੱਚ ਵੀ ਉਹ ਜਿਹੜੀ ਨਵੀਂ ਅੱਗੇ ਦੇਖ ਰਿਹਾ ਹੈ ਉਹ ਤੇ ਉਹ ਉਹ ਲੈ ਹੈ ਨਾ ਉਹ ਤੋਂ ਤਾਂ ਪਤਾ ਨਹੀਂ ਹੈ ਲੇਕਿਨ ਕਿਸ ਤਰ੍ਹਾਂ ਟਰਾਂਸਫਾਰਮ ਹੋ ਗਿਆ ਹਾਂ ਲੇਕਿਨ ਇਹ ਹੈ ਕਿ ਅਗਰ ਪੁਰਾਣੀ ਦਾ ਵੀ ਵੇਖੋ ਹਾਂ ਕਿ ਪੁਰਾਣੀ ਦੀ ਵੀ ਜੋ ਕੁਝ ਤਾਂ ਨਜ਼ਰ ਆ ਰਿਹਾ ਹੈ ਜਿਵੇਂ ਤੁਸੀਂ ਉਹਨੂੰ ਲਿਖਦੇ ਹੋ ਜਿਵੇਂ ਉਹ ਤੁਸੀਂ ਉਹਦੀ ਤਾਰੀਖ ਲਿਖਦੇ ਹੋ ਜਿਵੇਂ ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਉਹ ਐਕਚੁਅਲੀ ਪੂਰਾ ਨਹੀਂ ਹੈਗਾ ਉਹ ਅੱਧਾ ਸੱਚ ਹੈ ਅੱਧਾ ਸੱਚ ਨਜ਼ਰ ਹੀ ਨਹੀਂ ਆਉਂਦਾ ਹੂੰ ਜੀ ਇੱਕ ਪੱਕੀ ਰਾਤ ਘਰ ਦੀਆਂ ਕੰਧਾਂ ਉੱਤੇ ਦਿਸਣ ਛਟਾਂ ਲਾਲ ਫੁਆਰਦੀਆਂ ਅੱਧੀ ਰਾਤੀ ਬੂਹੇ ਖੜਕਣ ਡੈਣਾ ਚੀਕਾ ਮਾਰਦੀਆਂ ਹੂੰ ਸਭ ਵੀ ਸ਼ੁਕਰ ਗੂੰਜੇ ਜਿਵੇਂ ਗੱਲਾਂ ਗੁਜੇ ਪਿਆਰ ਦੀਆਂ ਇੱਧਰ ਉੱਧਰ ਲੋਕ-ਲੋਕ ਹੱਸਣ ਸ਼ਕਣਾ ਸ਼ਹਿਰੋਂ ਪਾਰਦੀਆਂ ਰੂਹਾਂ ਵਾਂਗੂ ਕੋਲੋਂ ਲੰਗਣ ਮਹਿਕਾਂ ਬਾਸੀ ਬਾਸੀ ਹਾਰ ਦੀਆਂ ਕਬਰਸਤਾਨ ਦੇ ਰਸਤੇ ਦਿਸਣ ਕੁਕਾ ਰਸਤੇ ਦਸਣ ਰਸਤੇ ਦਸਣ ਕੁਕਾਂ ਪਹਿਰੇ ਪਹਿਰੇ ਧਾਰ ਦੀਆਂ ਬਸ ਹਾਂਜੀ ਇਹ ਫੇਰ ਤੁਸੀਂ ਤੁਹਾਨੂੰ ਆ ਕੀ ਜਿਹੜੀ ਇੱਕ ਮੰਦਰ ਨਗਾਰੀ ਹੋ ਰਹੀ ਹੈ ਘਰ ਦੀਆਂ ਕੰਧਾਂ ਉੱਤੇ ਦਿਸਣ ਛੱਟਾਂ ਲਾਲ ਚਿੱਟਾਂ ਲਾਲ ਫੁਹਾੜਦੀਆਂ ਅੱਧੀ ਰਾਤੀ ਬੂਏ ਖੜਕਣ ਬੰਦਰਨ ਗਾੜੀ ਦੇਖੋ ਨਾ ਅੱਧੀ ਰਾਤੀ ਬੂਏ ਖੜਕਣ ਢਾਣਾ ਚਿੱਕਾ ਮਾਰਦੀਆਂ ਹਾਂ ਸੱਪ ਸੱਪ ਦੀ ਸ਼ੁਕਰ ਸ਼ੁਕਰ ਗੂੰਜੇ ਜਿਵੇਂ ਗੱਲਾਂ ਗੁਜੇ ਪਿਆਰ ਦੀਆਂ ਗੁਜੇ ਪਿਆਰ ਨੂੰ ਸੱਪ ਦੀ ਸ਼ੁਕਰ ਹੁਣਾਤਾ ਹੈ ਕਿਉਕਿ ਸੱਪ ਪਹਿਲੇ ਤੁਸੀਂ ਦੇਖ ਚੁੱਕੇ ਹੋ ਸੱਪ ਦੀ ਹਾਂ ਠੀਕ ਐਦਰ ਉਦਰ ਲੁਕ ਲੁਕ ਹਸਣ ਸ਼ਕਲਾਂ ਸ਼ਹਿਰੋਂ ਪਾਰ ਦੀਆਂ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਇਹਦੇ ਪਿੱਛੇ ਕੁਝ ਹੋਰ ਹਸਤੀਆਂ ਨੇ ਜਿਹੜੀਆਂ ਜਿਹੜੀਆਂ ਇਹ ਸਾਰਾ ਕੁਝ ਕਰ ਰਹੀਆਂ ਨੇ ਇਹ ਫਿਰ ਉਦਰਿਸ਼ ਆ ਰਿਹਾ ਹੋਣੀ ਹੋਣੀ ਰੂਹਾ ਵਾਂਗੂ ਕੋਲੋਂ ਲੰਗਣ ਮੇਕਾਂ ਬਾਸੀ ਹਾਰਦੀਆਂ ਕਬਰਸਤਾਨ ਦੇ ਰਸਤੇ ਦਸਣ ਦਸਣ ਕੂਕਾਂ ਪੈਰੇਦਾਂ ਇਹ ਲਾ ਪਹਿਰੇਦਾਰ ਕੋਕਾਂ ਦੇ ਰਿਹਾ ਹੈ ਇਹ ਬੁਨਿਆਦੀ ਤੌਰ ਤੇ ਤੁਹਾਡੀ ਆ ਤੁਹਾਨੂੰ ਕਬਰਸਤਾਨ ਨਾਲ ਕਬਰਸਤਾਨ ਦੀ ਹੈ ਅੱਛਾ ਮੌਤ ਦੇ ਨਾਲ ਵੀ ਬੜਾ ਰੋਮਾਂਸ ਹਾਂਜੀ 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 ਬਿਲਕੁਲ ਜੋ ਕਿ ਬੜੀ ਸੋਨੀ ਇਹ ਕਿ ਇੱਕ ਉਜਾੜੇ ਦਾ ਬੜਾ ਕਿ ਮਤਲਬ ਸ਼ਹਿਰ ਆ ਕੇ ਵੀ ਮਤਲਬ ਜੇ ਆ ਕੇ ਵੀ ਇੱਕ ਨੋਸਟੈਲਜੀ ਦਾ ਰਹਿਣਾ ਉੱਥੇ ਤੁਸੀਂ ਐਡਜਸਟ ਨਹੀਂ ਹੋ ਰਹੇ ਹੋ ਮਉ ਨਿਕਲ ਆਇਓ ਪਿੰਡ ਚੋਂ ਲੇਕਿਨ ਇਹ ਕਿ ਹਾਲੇ ਵੀ ਜਿਹੜੀ ਨਸਟਾਲਜੀਆ ਦਾ ਬਾਰ-ਬਾਰ ਆਇਆ ਨਾ ਇੱਕ ਕੋ ਬਹੁਤ ਹੈ ਦੂਸਰਾ ਮੌਤ ਦਾ ਬਹੁਤ ਜ਼ਿਆਦਾ ਬਹੁਤ ਤੇ ਬਹੁਤ ਜ਼ਿਆਦਾ ਲਿਖਿਆ ਹੈ ਮਨੀਰ Niazi ਨੇ ਹਾਂ ਇਹ ਇਹਦਾ ਇਮੀਮੀ ਹੈ ਕਿ ਜਿਹੜਾ ਜਾਗੀਰ ਮਨੀਰ Niazi ਜਿਹੜਾ ਹੈ ਉਹਦੀ ਜਿਹੜੀ ਖੌਫ ਹੈ ਬੁਨਿਆਦੀ ਤੌਰ ਤੇ ਉਹ ਜਾਗੀਰਦਾਰੀ ਸਮਾਜ ਦੀਆਂ ਬੰਧਾਂ ਦਾ ਹੈ ਜਿਹੜਾ ਤੁਹਾਨੂੰ ਪੂਰੀ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਇੰਜੋਏ ਨਹੀਂ ਕਰਨ ਦਿੰਦਾ ਗੁਜ਼ਾਰਨ ਨਹੀਂ ਦਿੰਦਾ ਠੀਕ ਹੈ ਹੁਣ ਉਹ ਜਿਹੜਾ ਜ਼ਗੀਰਦਾਰੀ ਸਮਾਜ ਦਾ ਜਿਹੜਾ ਜਿਹੜੀ ਜੜ ਨਜ਼ਰੀਆ ਹੈ ਉਹਦੀਆਂ ਉਹਦੀਆਂ ਬੁਨਿਆਦਾਂ ਕਿੱਥੇ ਨੇ ਉਹਦਾ ਮੂਢ ਕਿੱਥੇ ਹੈ ਉਹਦਾ ਮੂਢ ਹੈਗਾ ਉਹ ਜਿੱਥੇ ਉਹ ਜਾਂਦਾ ਹੈ ਕਿ ਸ਼ਕਲਾਂ ਸ਼ਹਿਰੋਂ ਪਾਰ ਦੀਆਂ ਤੇ ਡੈਣਾ ਚੀਕਾਂ ਮਾਰ ਦੀਆਂ ਵਗੈਰਾ 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 ਇਹ ਸਾਰਾ ਕੁਝ ਬਣ ਕੇ ਉਹ ਇੱਕ ਨਜ਼ਰੀਆ ਬਣਿਆ ਜਿਸ ਨੇ ਕਿ ਇਨਸਾਨ ਨੂੰ ਆਪਣੇ ਚੁੰਗਲ ਵਿੱਚ ਫਸਾਇਆ ਹੈ ਔਰ ਉਹ ਉਹੀ ਉਹੀ ਹੈ ਉਸੇ ਦਾ ਹੀ ਖੌਫ ਹੈ ਸਾਰਾ ਅਸਮਾਨ ਦੇ ਵੱਲ ਵੇਖਣ ਵਾਲਿਆਂ ਦਾ ਦਰਦ ਹਾਂਜੀ ਜਿਹੜੀਆਂ ਥਾਵਾਂ ਸੂਫੀਆਂ ਜਾ ਕੇ ਲਈਆਂ ਮਲ ਉਹ ਉਹਨਾਂ ਦੇ ਦਰਦ ਦੀ ਤਾਬ ਨ ਸਕੀਆਂ ਜੱਲ ਇੱਕੋ ਕੂਕ ਫਰੀਦ ਦੀ ਸੰਜੇ ਕਰ ਗਈ ਥਲ ਹਾਂਜੀ ਵਾਹ ਵਾਹ ਇਹ ਮਤਲਬ ਉਹ ਸਾਰੇ ਦੇ ਵਿੱਚ ਜਿਹੜਾ ਸੂਫੀਆਂ ਦਾ ਕਿਰਦਾਰ ਹੈ ਕਿ ਉਹ ਕਿਵੇਂ ਵੇਖਦੇ ਸਨ ਜ਼ਿੰਦਗੀ ਨੂੰ ਇਹ ਉਹਦੇ ਉੱਤੇ ਇੱਕ ਛੋਟਾ ਜਿਹਾ ਕਮੈਂਟ ਹੈ ਜਿਹੜੀਆਂ ਥਾਵਾਂ ਸੂਫੀਆਂ ਜਾ ਕੇ ਲਈਆਂ ਮਲ ਮਾਡਰਨ ਸ਼ਾਇਰ ਹੋਣ ਦੇ ਬਾਵਜੂਦ ਵੀ ਬਾਰਡਰ ਲਾਈਨ ਇੱਕ ਤੇ ਪਹਿਲਾਂ ਜਿਹੜੀ ਸੀ ਗੱਲ ਕਰ ਰਹੇ ਲਿਆ ਦੂਸਰਾ ਕਲਾਸਿਕਲ ਦੀ ਵੀ ਇੱਕ ਬਾਰਡਰ ਲਾਈਨ ਕਿਤੇ ਨਾ ਕਿਤੇ ਆ ਜਾਂਦੀ ਹੈ ਹਾਂ ਮੈਂ ਤਾਂ ਤੁਹਾਨੂੰ ਬੁੱਲੇ ਸ਼ਾਹੀ ਮਿਸਾਲ ਦਿੱਤੀ ਹੈ ਨਾ ਤੇ ਮੈਂ ਤੁਹਾਨੂੰ ਦੱਸਿਆ ਕਿ ਕਿਵੇਂ ਇਹ ਉਸ ਨੂੰ ਜਿਹੜੀ ਹੈ ਟਰਾਂਸ ਰਿਲੀਜੀਅਨ ਜਿਹੜੀ ਆਈਡੀਆਲੋਜੀ ਹੈ ਉਹਨੂੰ ਕਿਵੇਂ ਕੈਪਚਰ ਮਨੀਰ ਨਿਆਜ਼ੀ ਕਰਦਾ ਹੈ ਠੀਕ ਹੈ ਜੀ ਅੱਛਾ ਜੀ ਹਵਾ ਨਾਲ ਟਕਰਾਂ ਉੱਪਰ ਕਹਿਰ ਖੁਦਾ ਮੇਰੇ ਦਾ ਹੇਠਾਂ ਲੱਖ ਬਲਾਵਾ ਸਭ ਰਾਵਾਂ ਤੇ ਮੌਤ ਖਲੋਤੀ ਕਿਹੜੇ ਪਾਸੇ ਜਾਵਾਂ ਹਾਂਜੀ ਇਹ ਹੁਣ ਦੇਖੋ ਤੁਸੀਂ ਮੈਂ ਜਾਣ ਬੁਝ ਕੇ ਇਹਨੂੰ ਇੱਥੇ ਮੈਂ ਬੁਝੇ ਕਿੱਥੇ ਡਾਵਾ ਹਾਂਜੀ ਕਿ ਇਹ ਇੰਨਾ ਜ਼ਿਆਦਾ ਇਹਦਾ ਜ਼ਬਰ ਹੈ ਜਿਹੜਾ ਇਹ ਸੋਸਾਇਟੀ ਦੀ ਜਿਹੜੀ ਅਲਿਆਲੋ ਦੀ ਹੈ ਜਿਹੜੀ ਈਜ਼ੀ ਤਰੀਕਾ ਹੈ ਹਾਂਜੀ ਉਹਦਾ ਇੰਨਾ ਜ਼ਬਰ ਹੈ ਕਿ ਜਿਵੇਂ ਚਾਰੇ ਪਾਸੇ ਮੌਤ ਹੁੰਦੀ ਹੈ ਜਾइए ਤੇ ਕਿੱਥੇ ਜਾइए ਕੋਈ ਰਸਤਾ ਹੀ ਨਹੀਂ ਮਿਲਦਾ ਕੁਝ ਕਰੋ ਹਾਂ ਜੀ ਇਹ ਹੁਣ ਮਤਲਬ ਆਖਰੀ ਇਹਦੀ ਨਜ਼ਮ ਉਸੀ ਪੜਨੀ ਹੈ ਔਰ ਇਹ ਵੀ ਬੜੀ ਮਸ਼ਹੂਰ ਹੈ ਵੈਸੇ ਹਾਂ ਵੀ ਬੜੀ ਮਸ਼ਹੂਰ ਹੈ ਇਸ ਵਾਸਤੇ ਮੈਨੂੰ ਆਖਰ ਤੇ ਰੱਖਿਆ ਕਿ ਇਹ ਜਿਹੜਾ ਸਾਰਾ ਖੌਫ ਹੈ ਕਿ ਜਿਹੜਾ ਸਾਰਾ ਡਰਾ ਮਦੀਨ ਜਾਦੀ ਜਿਹਦੀ ਜਿਹਦੀ ਰਿਫਲੈਕਸ਼ਨ ਕਰ ਰਿਹਾ ਹੈ ਹੁਣ ਉਹਦੀ ਇੱਕ ਕਲਾਈਮੈਕਸ ਹੈ ਪੜੋ ਕਲਾਈਮੈਕਸ ਬਿਲਕੁਲ ਕਲਾਈਮੈਕਸ ਹੈ ਕਲਾਈਮੈਕਸ ਹੈ ਕੁਝ ਕਰੋ ਸਿਰ ਤੇ ਘੁਪ ਹਨੇਰੇ ਤੇ ਧਰਤੀ ਉੱਤੇ ਕਾਲ ਹੂੰ ਪੈਰੀਂ ਕੰਡੇ ਜ਼ਹਿਰ ਦੇ ਲਾਉ ਵਿੱਚ ਭਿਜੇ ਵਾਲ ਜਤਨ ਕਰੋ ਕੁਝ ਦੋਸਤੋ ਤੋੜੋ ਮੌਤ ਦਾ ਜਾਲ ਹੂੰ ਫੜ ਮੁਰਲੀ ਓਏ ਰਾਂਜਿਆ ਕੱਟ ਕੋਈ ਤਿੱਖੀ ਤਾਨ ਮਾਰ ਕੋਈ ਤੀਰ ਓ ਮਿਰਜ਼ਿਆ ਖਿੱਚ ਕੇ ਵਾਲ ਅਸਮਾਨ ਹਾਂਜੀ ਵਾਹ ਵਾਹ ਮਤਲਬ ਇਹਦੇ ਵਿੱਚ ਇਹ ਵੀ ਹੈ ਕਿ ਵੀ ਜਿਹੜੀ ਇਸ ਵੇਲੇ ਜਿਸ ਸੂਰਤ ਹਾਲ ਦੇ ਵਿੱਚ ਅਸੀਂ ਕੈਦ ਆ ਉਹਦੇ ਚੋਂ ਕਿਵੇਂ ਨਿਕਲਿਆ ਜਾਵੇ ਇਹ ਵੀ ਗੱਲ ਹੈ ਤੇ ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਿਹੜਾ ਰਾਂਝੇ ਦੀ ਮੁਰਲੀ ਸੀ ਉਹ ਨਿਕਲਿਆ ਨਾ ਹਾਂਜੀ ਮਤਲਬ ਰਾਂਝੇ ਦੀ ਮੁਰਲੀ ਜਿਹੜੀ ਹੈ ਉਹ ਉਸੇ ਵਿੱਚੋਂ ਨਿਕਲਦਾ ਕਿ ਜਤਨ ਸੀ ਹਾਂ ਹਾਂ ਯਸ ਹਾਂ ਇਹ ਇਹ ਗੱਲ ਇਹ ਗੱਲ ਜਿਹੜੀ ਹੈ ਨਾ ਇਹ ਗੱਲ ਹੋ ਰਹੀ ਹੈ ਔਰ ਅੱਜ ਵੀ ਉਸ ਰਾਂਝੇ ਦੀ ਲੋੜ ਹੈ ਬਿਲਕੁਲ ਤੂੰ ਪਹਿਰੇ ਕੰਡੇ ਜ਼ਹਿਰ ਦੇ ਲੋ ਵਿੱਚ ਵਿਜੇਵਾਲ ਜਤਨ ਕਰੋ ਕੋਈ ਦੋਸਤੋ ਉਹੀ ਫਿਰ ਨੇਚਰਲ ਐ ਨਾਨ ਨੇਚਰਲ ਜਿਹੜਾ ਕਨਫਲਿਕਟ ਹੈ ਬਿਲਕੁਲ ਬਿਲਕੁਲ ਉਹਦੇ ਵਿੱਚ ਤੋੜ ਕੱਢ ਰਹੇ ਹਾਂ ਹਾਂਜੀ ਹਾਂਜੀ ਲੋ ਇਹ ਇਥੋਂ ਸਾਡਾ ਕਨਕਲੂਡ ਹੋ ਗਿਆ ਜੀ ਤੁਹਾਡੀ ਮੁਲਾਕਾਤ ਰਹੀ ਵੈਸੇ ਸੋ ਤੁਹਾਡੀ ਗੱਲ ਹੋਈ ਮਨੀਰ ਰਿਆਜ਼ ਦੇ ਨਾਲ ਆਈਡੀਓਲੋਜੀ ਥੌਟ ਪ੍ਰੋਸੈਸ ਤੇ ਮੁਨੀਰ ਨਿਆਜ਼ੀ ਦੇ ਨਾਲ ਤੁਹਾਨੂੰ ਤੁਸੀਂ ਪਹਿਲੇ ਪ੍ਰੋਗਰਾਮ ਵੀ ਕੀਤਾ ਸੀ ਤੁਹਾਨੂੰ ਯਾਦ ਹੋਏਗਾ ਪਹਿਲੇ ਬਲਕਿ ਸਭ ਤੋਂ ਪਹਿਲਾਂ ਮੁਨੀਰ ਮੁਨੀਰ ਤਾਂ ਹੀ ਸੀ ਸਭ ਤੋਂ ਪਹਿਲੇ ਪ੍ਰੋਗਰਾਮ ਮੁਨੀਰ ਨਿਆਜ਼ੀ ਦਾ ਸੀ ਕੀਤਾ ਸੀਗਾ ਮੁਨੀਰ ਨਿਆਜ਼ੀ ਨਾਲ ਬਹੁਤ ਮੁਲਾਕਾਤ ਰਹੀ ਹੈ ਮੇਰੀ ਔਰ ਮੈਂ ਇਹ ਨਹੀਂ ਕਹਿ ਸਕਦਾ ਕਿ ਜੋੜੀਆਂ ਮੈਂ ਗੱਲਾਂ ਕਰ ਰਹੀਆਂ ਨੇ ਕਰ ਰਹੇ ਆ ਮੁਨੀਰ ਨਿਆਜ਼ੀ ਦੇ ਬਾਰੇ ਚ ਇਹ ਮੁਨੀਰ ਨਿਆਜ਼ੀ ਨੇ ਕੀਤੀਆਂ ਇਹ ਐਨਾ ਗੱਲਾਂ ਦਾ ਇੰਜ ਉਹਨੂੰ ਅਹਿਸਾਸ ਸੀ ਠੀਕ ਹੈ ਇਹ ਸਾਡੀ ਆਪਣੀ ਅੰਡਰਸਟੈਂਡਿੰਗ ਹੈ ਨਾ ਕਿ ਅਸੀਂ ਇਹ ਸਾਡੀ ਆਪਣੀ ਇੰਟਰਪ੍ਰੀਟੇਸ਼ਨ ਹੈ ਠੀਕ ਹੈ ਲੇਕਿਨ ਉਹ ਤਾਂ ਕੀ ਸੀ ਲੇਕਿਨ ਉਸ ਵੇਲੇ ਵੀ ਮੈਂ ਸਵਾਲ ਜਿਹੜਾ ਹੈ ਉਹ ਆਪਣੇ ਜਿਹੜੇ ਸੀਨੀਅਰ ਆਲਮ ਲੋਕਾਂ ਨੂੰ ਕੋ ਪੁੱਛਦਾ ਸਾਂ ਕਿ ਮਨੂਰੀਦ ਦੇ ਖੌਫ ਨੂੰ ਕਿਵੇਂ ਤੁਸੀਂ ਇਹਦੀ ਤਫਸੀਰ ਕਿਵੇਂ ਕਰਦੇ ਹੋ ਇੰਟਰਪ੍ਰੀਟ ਕਿਵੇਂ ਕਰਦੇ ਹੋ ਉਹਨਾਂ ਚੋਂ ਜਿਹੜਾ ਸਭ ਤੋਂ ਮੇਰੇ ਖਿਆਲ ਸਿਆਣਾ ਬੰਦਾ ਸੀ ਉਹਨੇ ਕਿਹਾ ਸੀ ਇਹ ਫਿਊਡਲ ਸੋਸਾਇਟੀ ਦਾ ਖਾਅ ਹੈ। ਲੇਕਿਨ ਇਹ ਕਾਫੀ ਨੀਸੀ ਅਗੀ ਗੱਲ ਕਹਿਣੀ। ਫੇਰ ਮੈਂ مزید ਜਦੋਂ ਇਹਨੂੰ ਫਰੋਲਿਆ ਤੇ ਮੈਂ ਫਿਰ ਉਸ ਨੂੰ ਖੋਲਿਆ ਫਿਊਡਲ ਆਈਡੀਆਲੋਜੀ ਨੂੰ ਉਹਦੀ ਜਿਹੜੀ ਉਸ ਜ਼ਮਾਨੇ ਦੀ عقیدਿਆਂ ਔਰ ਨਜ਼ਰੀਏ ਦੀ ਜਿਹੜੀ ਬੰਤਰ ਜਿਵੇਂ ਬਣੀ ਸੀ ਤੇ ਉਹਦੇ ਉਹਨੂੰ ਕਿਵੇਂ ਨਿਆਜ਼ੀ ਜਿਹੜਾ ਹੈ ਉਹਨੂੰ ਉਹਦੇ ਉਹਦੇ ਰੈਕਟ ਕਰ ਰਿਹਾ ਉਹਦੇ ਨਾਲ ਠੀਕ